ਕੀ ਕਹਿ ਰਹੀ ਹੋ? ਤੈਨੂੰ ਪਾਣੀ ਪੀਣ ਦੇ, ਮੇਰਾ ਪੁੱਤਰ ਕਹਿੰਦਾ ਨੌਕਰੀ ਛੱਡ ਦੇ। ਤੇਰਾ ਪੁੱਤਰ ਨੇ? ਹਾਂ, ਬੜੀ ਗੱਲ ਹੈ, ਮਾਸ਼ਾਅੱਲਾ ਫਰੰਟ ਤੇ ਪਾਇਆ ਨਹੀਂ ਕੀ ਵੇਚਣਾ ਸ਼ੁਰੂ ਕਰਦੇ? ਪੈਸੇ ਦੇ ਕੇ ਆਏ ਸੀ ਕਿ ਖਰਚ ਲਈ? ਅੱਛਾ, ਡਰਾਮਾ ਵੇਖਣਾ? ਕੋਈ ਗੱਲ ਨਹੀਂ ਭਰਾ ਦੇ ਆਪਣੇ ਚੀਜ਼ ਤੇ। ਅੱਛਾ ਮੇਰੀ ਗੱਲ ਸੁਣ, ਕਿਉਂ ਛੱਡੀ ਨੌਕਰੀ? ਛੱਡਣ ਲੱਗੀ ਆ, 3 ਮਹੀਨੇ ਹੋ ਗਏ ਨੇ, ਕੱਖ ਨਹੀਂ ਮਿਲਣ ਦੇ ਆ। 6 ਮਹੀਨੇ ਹੋਰ ਰੁਕ ਜਾ, ਮਿਲ ਜਾਏਗਾ। ਬਕਵਾਸ ਨਾ ਕਰਿਆ ਕਰ ਮੇਰੇ ਨਾਲ। ਉਹ ਸਾਲੀ ਬਕਵਾਸ ਦੇ ਪੈਸੇ ਮਿਲਦੇ ਨੇ ਹੋਰ ਇੱਥੇ ਮੈਂ ਭੰਡ ਕੋਣਾ ਨਾ। ਇਹ ਦੇ, ਜੇ ਤੂੰ ਨੌਕਰੀ ਛੱਡ ਦੇਂਗੀ ਤੇਰਾ ਛੋਟਾ ਭਰਾ ਇੰਨਾ ਜਿਹਾ, ਇਹ ਵੀ ਭੁੱਖਾ ਮਰ ਜਾਏਗਾ। ਅਹੇ ਕੁੱਤੀ ਦਾ ਬੱਚਾ ਨਹੀਂ ਸੀ, ਸਾਲ ਦਾ ਬੱਚਾ ਇੰਨਾ ਜਿੰਨਾ ਕਰਨ ਦੇ ਆ। ਬਾਜੀ ਕੀ ਕਹਿ ਰਹੀ, ਕੀ ਕਹਿ ਰਹੀ? ਕੁੱਤੀ ਦਾ ਬੱਚਾ ਬਣਾਈ ਜਾ ਰਹੀ ਹੈ ਮੈਨੂੰ। ਉੱਚੀ ਬੋਲ, ਆਵਾਜ਼ ਨਹੀਂ ਆ ਰਹੀ ਤੈਨੂੰ? 150 ਚ ਪਿੱਤਾ ਪੜਵਾ ਲਵਾਂ। ਅੱਛਾ ਮੇਰੀ ਗੱਲ ਸੁਣ, ਖਾਣਾ ਕੁਝ ਖਾਦਾ ਹੀ? ਮੇਰੀ ਗੱਲ ਸੁਣ, ਕੀ ਤੂੰ ਮੈਨੂੰ ਕਹਿੰਦਾ ਤੂੰ ਨੌਕਰੀ ਨਹੀਂ ਛੱਡਣੀ? ਨਹੀਂ ਛੱਡਣੀ, ਅਸੀਂ ਭੁੱਖੇ ਮਰ ਜਾਾਂਗੇ। ਤੂੰ ਭੁੱਖਾ ਨਹੀਂ ਮਰ ਸਕਦਾ। ਉਹ ਕਿਉਂ? ਤੂੰ ਆ ਬੜਾ ਵੱਡਾ ਕਾਰੀਗਰ ਹੈ। ਉਹ ਕਿਸ ਤਰ੍ਹਾਂ? ਨਹਿਰ ਤੇ ਖਲੋਇਆ ਘੱਟ 250-300 ਦੀ ਦਿਹਾੜੀ ਤੇਰੀ ਆਪਣੀ ਲੱਗ ਜਾਇਆ ਕਰੇਗੀ। ਨਹਿਰ ਤੋਂ ਕੀ ਖਲੋਣਾ? ਹਾਂ ਸਾਹਿਬ ਆਏ ਮੇਰੇ ਭਰਾ ਨੇ, ਛੱਡ ਦੇ ਤੂੰ। ਅੱਛਾ ਮੇਰੀ ਗੱਲ ਸੁਣ, ਹਾਂ ਇੱਕ ਸਵਾਲ ਦਾ ਜਵਾਬ ਦੇ। ਪੁੱਛ, ਉਹ ਕਿਹੜੀ ਚੀਜ਼ ਹੈ ਜਿਹੜੀ ਚੱਲਦੀ ਵੀ ਹੈ ਤੇ ਘੱਸਦੀ ਵੀ ਨਹੀਂ? ਤੇਰੀ ਅੰਮੀ। ਇਹ ਕਿਹਦਾ ਜਵਾਬ ਦਿੱਤਾ ਮੈਨੂੰ? ਬੇਵਕੂਫ ਹੋ ਬੜਾ ਹੁੰਦਾ ਸੀ, ਇੱਕ ਪਰ ਜਾਹਲ ਦੀ ਹੈ। ਉਹ ਕਿੱਥੇ ਜਾਹਲ ਨੂੰ ਪੂਰਾ ਲੋਲ ਲੁੱਟ ਕੇ ਖਾ ਗਈ ਹੈ ਜਾਹਲ। ਮੇਰੀ ਗੱਲ ਸੁਣ, ਬੇਵਕੂਫ ਔਰਤ ਹੈ। ਉਹ ਕਿਸ ਤਰ੍ਹਾਂ? ਤਾਰਕ ਜੀ ਸ਼ੋਅ ਚ ਕਹਿੰਦੇ ਕਿ ਕੌਣ ਸਾ ਜਾਣਦਾ ਜਿਸ ਕੋ ਮੂੰਹ ਮੇ ਦਾਤ ਨਹੀਂ ਹੈ, ਉੱਠ ਕੇ ਕਹਿੰਦੀ ਮੇਰੀ ਦਾਦੀ। ਅੱਛਾ ਤੂੰ ਮੈਨੂੰ ਬੜੀਆਂ ਜੁਗਤਾ ਕਰਨ ਦੇ ਆ, ਬੜੇ ਸਵਾਲਾਂ ਦੇ ਜਵਾਬ ਦੇਣ ਦੇ ਆ। ਜੀ ਮੈਂ ਵੀ ਤੇਰੇ ਨਾਲ ਇੱਕ ਸਵਾਲ ਕਰਾਂ। ਕਰੋ। ਬਿਸਮਿਲ੍ਲਾ ਦਾ ਮਤਲਬ ਤੇ ਅਲਹਮਦੁਲਿਲਾ ਸਭ ਨੂੰ ਪਤਾ ਹੈ ਕਿ ਬਿਸਮਿਲ੍ਲਾ ਦਾ ਮਤਲਬ 786 ਹੈ। ਜੀ ਤਾਂ 786 ਦਾ ਦੂਸਰਾ ਮਤਲਬ ਕੀ ਹੈ? ਮਨ ਨਹੀਂ ਪਤਾ। ਨਹੀਂ ਪਤਾ? ਹਾਂ, 8 ਜੰਨਤ ਦੇ ਦਰਵਾਜ਼ੇ। ਠੀਕ ਹੈ ਨਾ? ਠੀਕ ਹੈ ਜੀ। 8 ਜੰਨਤ ਦੇ ਦਰਵਾਜ਼ੇ, 6 ਅਸਮਾਨ, 7 ਅਸਮਾਨ, 8ਵੇਂ, 7ਵੇਂ, 6 ਦਿਨਾਂ 'ਚ ਰੱਬ ਨੇ ਕੁੱਲ ਕਾਇਨਾਤ ਬਣਾਈ ਸੀ। ਵਾਹ ਮਾਸ਼ਾਅੱਲਾ, ਕੀ ਬਾਤ ਹੈ, ਅੱਛੀ ਗੱਲ ਕੀਤੀ। ਚੰਗੀਆਂ ਗੱਲਾਂ ਕਰ ਭਾਵੇਂ ਨਾ ਕਰ, ਫੇਰ ਵੀ ਤੂੰ ਜੰਨਤ 'ਚ ਜਾਏਂਗੀ। ਮੇਰੀ ਗੱਲ ਸੁਣ, ਤੈਨੂੰ ਕੋਈ ਸ਼ੇਰ ਆਉਂਦਾ? ਆਉਂਦਾ, ਸੁਣਾ। ਸ਼ੇਰ ਕਹਿੰਦਾ ਨਾ ਕਰ ਤੂੰ ਮਾਨ ਵਫਾ ਵਾਲਾ। ਸ਼ੇਰ ਕਹਿੰਦਾ ਕਿਉਂ ਹੈ? ਉਹਦਾ ਦਿਲ ਕਰਦਾ ਤਾਂ ਕਹਿੰਦਾ। ਕਹਿੰਦਾ ਸ਼ੇਰ? ਅੱਛਾ। ਸ਼ੇਰ ਕਹਿੰਦਾ ਨਾ ਕਰ ਤੂੰ ਮਾਨ ਵਫਾਵਾਂ ਦਾ, ਨਾ ਕਰ ਤੂੰ ਨਾਜ਼ ਅਦਾਵਾਂ ਦਾ, ਤੇਰੀ ਜ਼ਿੰਦਗੀ ਸੁੱਕੀ ਮਿੱਟੀ ਏ, ਬਸ ਕਰ ਤੂੰ ਖੋਫ ਹਵਾਵਾਂ ਦਾ, ਜੇ ਚਾਹਨਾ ਜੰਨਤ ਲੱਭ ਜਾਵੇ, ਕਦੀ ਦਿਲ ਨਾ ਤੋੜੀ ਮਾਵਾਂ ਦਾ, ਦਰ ਦਰ ਤੋਂ ਮੰਗਦਾ ਫਿਰਨਾ ਏ, ਜੋ ਮੰਗਣਾ ਹੀ ਉਸ ਰੱਬ ਕੋਲੋਂ ਮੰਗ, ਜਿਹੜਾ ਮਾਲਕ ਤੇਰੀਆਂ ਸਾਹਾਂ ਦਾ। ਵੈਰੀ ਗੁੱਡ, ਬੜੀ ਗੱਲ ਹੋਇਆ। ਬੇਵਕੂਫ ਔਰਤ ਉਹ ਕਿਸ ਤਰ੍ਹਾਂ? ਇਹਦੇ ਘਰ ਇੱਕ ਫਕੀਰ ਆਇਆ, ਉਹਨੇ ਕਿਹਾ ਅੱਲਾ ਦੇ ਨਾਂ ਤੇ ਕੁਛ ਦਿਓ ਆਪਣੇ ਬੰਦੇ ਨੂੰ, ਜਾ ਕਹਿੰਦੀ ਜਾ ਜਾ ਕਿਤੇ। ਚਲੋ ਮੇਰੇ ਘਰ ਤੇ ਫਕੀਰ ਆਇਆ ਨਾ, ਤੇ ਮੈਂ ਆਪਣੇ ਬੰਦੇ ਨੂੰ ਕਿਹਾ ਜਾ ਦੇ, ਤੇ ਇਹਦੇ ਘਰ ਵੀ ਫਕੀਰ ਆਇਆ, ਆਪਣੀ ਬੁੱਢੀ ਨੂੰ ਕਹਿੰਦਾ ਜਾ ਦੇ। ਤੇ ਅਗਲੀ ਨੇ ਦੋ ਆਲੂਆਂ ਦੇ ਪਰਾਠੇ ਦੇ ਦੇ। ਉੱਚੀ ਬੋਲਿਆ ਕਰ, ਪਿੱਛੇ ਵੀ ਮੇਰੇ ਭਰਾ ਪੈ। ਆਵਾਜ਼ ਆ ਰਹੀ ਪਿੱਛੇ? ਤੇ 500 ਖਰਚ ਕੇ ਇੱਥੇ ਮਰਨਾ ਸੀ? ਨਹੀਂ, ਕਹਿੰਦਾ 500 ਖਰਚ ਕੇ। ਛੱਡ ਦਿਓ, ਮੈਸਲ ਚਲਾ ਦੋ ਨਹੀਂ ਮਰੇ। ਅੱਛਾ ਕਹਿੰਦਾ 500 ਖਰਚ ਕੇ ਇੱਥੇ ਬੰਦਾ ਸੀ, 500 ਹੋਰ ਬੰਦਾ ਇਹਦੇ ਘਰ ਬਣਨਾ ਸੀ। ਮਾਤਾ ਪਿਤਾ ਇਹ ਗੱਲ ਹੀ ਨਹੀਂ ਕਰਦੀ। ਹੈ ਇਹ ਕੀ? ਓਕੇ ਖਾਨ ਸਾਹਿਬ, ਰੱਬ ਰੱਖਾ, ਚੱਲ ਵੇ ਦਿੱਲੀਏ। ਅੱਜ ਕੀ ਕਹਿ ਰਹੇ ਮੈਨੂੰ ਦੱਸੋ? ਆ ਕਰਾ ਕੇ ਆ ਗਏ, ਆ ਗਏ, ਆ ਗਏ। ਦੇਖੋ ਜੀ ਮੈਂ ਪ੍ਰੋਡਿਊਸਰ ਹਾਂ। ਸੱਜਣਾ ਉਡਾਈ ਜਾ, ਉਡਾਈ ਜਾ, ਉਡਾਈ ਜਾ, ਗੁੱਡੀ ਬੈਗੂ ਅੱਜ ਮੈਨੂੰ ਸੱਜਣਾ, ਉਡਾਈ ਜਾ, ਉਡਾਈ ਜਾ, ਉਡਾਈ ਜਾ, ਮੇਰੀ ਤੇਰੇ ਹੱਥ ਡੋਰ, ਮੇਰਾ ਲੱਗਣਾ ਨਹੀਂ ਗੋਰ, ਐਵੇਂ ਤੁਨ ਕੇ ਤੇ ਤੁਨ ਕਾ ਲਾਈ ਜਾ, ਉਹ ਤੂੰ ਕੇਲੇ ਲਾਈ ਜਾ, ਗੁੱਡੀ ਬੈਗੂ ਅੱਜ ਮੈਨੂੰ ਸੱਜਣਾ, ਉਡਾਈ ਜਾ, ਉਡਾਈ ਜਾ, ਉਡਾਈ ਜਾ। ਬਾਜੀ ਵਾ ਖਾਨ ਸਾਹਿਬ, ਕੀ ਬਾਤ ਹੈ, ਸ਼ਾਇਰ ਆਦਮੀ ਹੈ, ਗਾਣਾ ਮੈਂ ਲਿਖਿਆ ਸੀ। ਤੁਸੀਂ ਲਿਖਿਆ? ਇਹ ਉਦੋਂ ਲਿਖਿਆ ਜਦੋਂ ਮੈਂ ਬੈਨਰ ਲਿਖਦਾ ਹੁੰਦਾ ਸੀ। ਬਹੁਤ ਅੱਛੇ, ਬਹੁਤ ਅੱਛੇ। ਇਹ ਗੱਲ ਸੁਣ ਜੀ, ਕੀ ਇਸੇ ਫਿਲਮ ਬਣੇਗੀ? ਆਹੋ, ਤੁਹਾਨੂੰ ਐਜ਼ ਅ ਸਿੰਗਰ ਵਿੱਚ ਪਾ ਦਿਆਂ। ਬੜੀ ਮਿਹਰਬਾਨੀ, ਬੜੀ ਮਿਹਰਬਾਨੀ। ਇਹ ਸਿੰਗਰ ਹੈ ਤਾਂ ਮੈਂ ਰਾਜ ਜਣਾ। ਆ ਠੀਕ ਹੈ, ਸ਼ਾਇਰ ਆ। ਆਹ ਹੋਰ ਸੁਣਾਓ ਕੁਝ। ਸੁਣ ਲਓ ਜੀ, ਆ ਅਸੀਂ ਡੈਮ ਬਣਾਵ ਲਏ, ਆਹ ਭਾਵੇਂ ਸਿਰ ਦੀ ਬਾਜੀ ਲੱਗ ਜਾਵੇ, ਕਿਆ ਬਾਤ, ਅਸਾਂ ਮੁਲਕ ਬਚਾਵ ਨਾਏ, ਅਸੀਂ ਵਾਦਾ ਨਿਭਾਵ ਨਾਏ, ਭਾਵੇਂ ਸਿਰ ਦੀ ਬਾਜੀ ਲੱਗ ਜਾਵੇ, ਭਾਵੇਂ ਸਿਰ ਦੀ ਬਾਜੀ ਲੱਗ ਜਾਵੇ। ਵਾਹ ਜੀ ਵਾਹ, ਬਣੇਗਾ, ਜ਼ਰੂਰ ਬਣੇਗਾ, ਬਣੇਗਾ। ਡੈਮ ਦੇ ਬਾਜੋ ਜੀਵਨ ਕਿਹੜਾ,
ਟੈਮ ਦੇ ਨਾਲ ਏ ਸਦਕਾ ਤੇਰਾ, ਉਹ ਟੈਮ ਦੇ ਬਾਚੋ ਜੀਵਨ ਕਿਹੜਾ, ਟੈਮ ਦੇ ਨਾਲ ਨਹੀਂ ਜਿਹੜਾ ਜਿਹੜਾ ਉਹਨੂੰ ਜੇਲ ਪੁਚਾਵ ਨਏ, ਅਸੀਂ ਜੇਲ ਪੁਚਾਵ ਨਏ, ਕਰਪਸ਼ਨ ਖਤਮ ਕਰਾਵ ਨਏ, ਉਹ ਭਾਵੇਂ ਸਿਰ ਦੀ ਬਾਜ਼ੀ ਲੱਗ ਜਾਵੇ, ਅਸਾਂ ਕਰਜ਼ਾ ਉਤਾਰ ਨਏ, ਅਸੀਂ ਕਰਜ਼ ਉਤਾਰ ਨਏ, ਉਹ ਭਾਵੇਂ ਸਿਰ ਦੀ ਬਾਜ਼ੀ ਲੱਗ ਜਾਵੇ, ਭਾਵੇਂ ਸਿਰ ਦੀ ਬਾਜ਼ੀ ਲੱਗ ਜਾਵੇ। ਕੀ ਹਾਲ ਹੈ ਤੇਰਾ? ਖਜੂਰ ਬੁੱਢੀ ਖਜੂਰ ਗੋਡਿਆਂ ਉੱਤੇ ਜਿੰਦਰੇ ਲਾ ਲੋ, ਲੱਤ ਨੂੰ ਜ਼ਰਾ ਨਾ ਹਲਾ, ਮਿਲੇਗਾ ਜ਼ੁਲਮ ਦਾ ਬਦਲਾ। ਇਹਨਾਂ ਗੋਡਿਆਂ ਦੇ ਬਾਰੇ ਕਿਹਾ ਸੀ ਉਮਰਾਂ ਲੰਘੀਆਂ ਗੋਡਿਆਂ ਭਾਰ, ਬਾਹਰ ਕਿਸੇ ਨੂੰ ਠੇਡਾ ਲੱਗੇ ਮਾਸੀ ਦਾ ਦਿਲ ਹਿੱਲ ਜਾਂਦਾ। ਮੈਂ ਤੁਹਾਨੂੰ ਦੱਸੂ ਦਿਲ ਹਿੱਲਦਾ ਇਹਨਾਂ ਦੇ ਬਾਰੇ ਕਿਹਾ ਕਿ ਮਾਸੀ ਦੀ ਦੁਆ ਜੰਨਤ ਦੀ ਹਵਾ। ਉਹ ਪੁੱਠੀਆਂ ਗੱਲਾਂ ਕਰਨ ਵਾਲਿਆ, ਮਾਵਾਂ ਦੇ ਬਾਰੇ ਕਿਹਾ ਗਿਆ। ਤੁਹਾਡੀ ਮਾਂ ਮੇਰੀ ਕੀ ਲੱਗਦੀ ਮਾਸੀ? ਤੇ ਮੈਂ ਉਹਦੀ ਗੱਲ ਕਰਨ ਡਿਆ, ਮੈਂ ਇਹਨਾਂ ਦੀ ਗੱਲ ਤੇ ਨਹੀਂ ਕਰਨ ਡਿਆ। ਇਹਨਾਂ ਨੂੰ ਕਿਸ ਤਰ੍ਹਾਂ? ਇਹ ਜੀ ਮੇਰੀ ਮਾਸੀ ਹੈ, ਤੁਸੀਂ ਇਹਨਾਂ ਗੋਡਿਆਂ ਦੇ ਬਾਰੇ ਇਹ ਮਾਸੀ ਦੇ ਗੋਡਿਆਂ ਦੇ ਬਾਰੇ? ਆਹੋ, ਸਾਨੂੰ ਪਤਾ ਕਿਹੜੇ ਗੋਡੇ ਨੂੰ, ਕਿਹੜੇ ਗੋਡੇ? ਇਹ ਉਹ ਗੋਡੇ ਨੇ ਬਾਈ ਵੀਲਰ ਨੂੰ ਪਾ ਦਿਓ, ਕੱਚੇ ਤੇ ਲੈ ਜਾਓ, ਪੱਕੇ ਤੇ ਜ਼ਰਾ ਫਰਕ ਨਹੀਂ ਪਏਗਾ। ਯਕੀਨ ਕਰੋ ਮੇਰੀ ਮਾਸੀ ਦੇ ਗੋਡੇ
بالکل یہاں سے نرگس لگ رہی ہیں، کمر سے تو نیلا چودھری ہی لگ رہی ہیں، خوشبو والی آتی ہیں آپ کی، ایک ہمیں پمائی دے دے، میں تن بینا سا نہیں لگ رہی، اچھا انہوں نے من رہی دیکھ لے اتنی خوبصورت ہو، کیا بات ہے، سونی سسی، اتنی بڑی کیا ہوا کیا ماسی، تو میری بہن دا آخری پیس ہے جڑی مرن والی مر گئی ہے، آخری پیس کی برتن بھیج دی، میری ماسی نہ ہوندی، میری ماں دی بہن نہ ہوندی، ممی مزہ ہی دسنا ہے، کیڑا دسنا سی، اسی میں ویسے گل کیتی ہے، تو تے پیچھے پے جانی ہے، میں تیرے مارے مانتی نہیں کی کیا، مانتی نہیں کی کیا، باتی میں ایکڑا 4700 روپیہ لے گیا، وہ کہدا کہندا کہ میں تینو سمارٹ کر دیاں گا، تیرا لک 28 کر دیاں گا، 28 کیا کہ 128 کیا ہے، تے اج 20 ڈیز ہو گئے نے اج تک میرے متھے نہیں لگا، جان کے کرایا میں دس دیا گا، قسم کھادی میری عمر ہی نہیں پتا، ایک سائڈ دی کہ دوواں سائڈ دی، کچھ بھی نہیں میرے ہلکی نہیں ہوئے، میری اجے 26 سال عمر ہے، یہ گل سن دیا بھی میں 76 سال ہو گئے، ایویں جان کے مانتی نہیں چل پی گیا، میں انہوں چھڑنا نہیں مغیرہ کرو، میں کتیا میں تیرے مگر ہی آن نہیں آ، اور کا چلی مانتی کی ان چالی جا کی میں ہو ایویں جان کے السلام علیکم جی، وعلیکم السلام، بھائی جی کون ہو تسی، میں ملک ریاض کا بیٹا بھائی، ملک ریاض بحریے ڈھونے والے، نہیں جی آ نکر تے جنہاں دا کولو ہے تیل والے، اے جڑا ملک ریاض تیل والا کولو والا، ہاں جی او تے میں سارے منڈے ویکھے نے، 4 نے کہ 5 نے، تانوں نہیں ویکھیا، میرے ابے نے مینوں گھروں کڈتا، ہن یہ چھوٹے ہوندے نہیں، 2 سال ہو گئے نے جائیداد تو حق کر دیتا، ایسی کیڑی غلطی ہوگی تہاڈے کو، پیو نے تانوں گھروں کڈ دیتا، بس تھوڑا جا تیل چوری کیتا، یار تیل چوری کیتا یا چوری کیتی ہے تے تینوں جیل لے دیندے نا، تینوں گھروں کیوں کڈیا انہاں، او گھروں مینوں تیل دی کیڑی، تیل چوری کرن دی کیڑی سزا دتی گئی، او تیل چوری کرن دی وجہ تو گھروں نہیں کڈیا، ہاں ابے نے مینوں تیل لاوندیا ویکھ لیا سی، او نہیں تیل اچھا ہونا نا، کیا ہونا کیڑے منہ تے لاون دے تو، نہیں انکل یہ گل نہیں، انکل کی مطلب اینک لانا، او سوری اکرم ایک منٹ، او بابا جی کدھر آئے ہو یار، اے اینک جی بندہ بٹھیرا لگدا، ہاں ٹھیک ہے ہے نا، ایک منٹ چھوڑے، اچھا میں اصل دے وچ ایک کم آیا سا، میں تہاڈا ہمسایا وا، اے پچھلی گلی دے وچ ایک کمرہ میں کرائے تے لیا جی، حکم کرو چھڈو تسی، او اپنے جی میں کل جی ختم دعایا تھی، خیر نہیں بھیجی،
ਆਹ ਭੈੜੀ ਜੀ ਪਲੇਟ ਦੇ ਵਿੱਚ ਖੀਰ ਤੁਸੀਂ ਭੇਜੀ ਸੀ ਭੈੜੀ ਜੀ ਪਲੇਟ ਉਹ ਪਈ ਉਸੇ ਤਰ੍ਹਾਂ ਉਹ ਰਿਸ਼ਤੇਦਾਰ ਹੀ ਹੋਏ ਸਾਡੇ ਤੁਸੀਂ ਹੁਕਮ ਕਰ ਕਰਦੇ ਅਸਲ ਵਿੱਚ ਨਾ ਮੈਨੂੰ ਕਰਾਚੀਓਂ ਦੋ ਕੁੜੀਆਂ ਵੇਖਣ ਆ ਰਹੀਆਂ ਨੇ ਸ਼ਾਦੀ ਦੇ ਸਿਲਸਿਲੇ 'ਚ ਅਤੇ ਤੁਹਾਨੂੰ ਪਤਾ ਕਮਰਾ ਇੱਕ ਹੀ ਅੱਛਾ ਨਹੀਂ ਲੱਗਦਾ ਮੈਂ ਕਿਹਾ ਉਹਨਾਂ ਨੂੰ ਇੱਧਰ ਪਾ ਲਾਂਗਾ ਉਹਨਾਂ ਨੂੰ ਦੱਸ ਦਿਆਂਗਾ ਕਿ ਆਪਣੇ ਘਰ ਹੈ ਕਰਾਚੀ ਤੋਂ ਕੁੜੀਆਂ ਤੁਹਾਨੂੰ ਵੇਖਣ ਆ ਰਹੀਆਂ ਨੇ ਜੀ ਜੀ ਸਫ਼ਰ ਕਾਫ਼ੀ ਹੈ ਅਤੇ ਕੰਮ ਉਹ ਕੀ ਆ ਰਹੀਆਂ ਨੇ ਚਲੋ ਸਾਨੂੰ ਕੀ ਲੱਗੇ ਇਹ ਦੋ ਕੁੜੀਆਂ ਨੇ ਜੀ ਦੋ ਕੁੜੀਆਂ ਨੇ ਇੱਕ ਉਹਨਾਂ ਦੇ ਵਾਲਦ ਸਾਹਿਬ ਦੇ ਇੱਕ ਨੇ ਤੁਹਾਨੂੰ ਪਸੰਦ ਕਰਨਾ ਨਾ ਹਾਂ ਕੁੜੀ ਤਾਂ ਇੱਕ ਹੀ ਪਸੰਦ ਨਾਲ ਉਹਦੀ ਸਿਸਟਰ ਹੈ ਪੂਰਾ ਘਰ ਤੁਹਾਡਾ ਅੱਛਾ ਮੈਨੂੰ ਪਹਿਲਾਂ ਯਕੀਨ ਸੀ ਯਕੀਨ ਕਰੋ ਦਾਦੇ ਜਦੋਂ ਮਰਦੀ ਕੁੜੀਆਂ ਲੈ ਗਿਆ ਜਦੋਂ ਕੁੜੀਆਂ ਦੀ ਕੋਈ ਗੱਲ ਨਹੀਂ ਲਿਆ ਦੀ ਕਿਹੜਾ ਕਰਕ ਕੋ ਜਾ ਕੀ ਹੋਇਆ ਕੀ ਹੱਤਿਆ ਨਾ ਹੱਤਿਆ ਮੈਂ ਤੇ ਆਵੇ ਕਿਸੇ ਹੋਏ ਮੈਂ ਮਰ ਗਈ ਇਹ ਕੋਣ ਜਨ ਦਾ ਬੱਚਾ ਕੋਣ ਹੈ ਤੂੰ ਇਹ ਕਿ ਮੈਨੂੰ ਮਾਰਨ ਕਿਉਂ ਨਹੀਂ ਸਰ ਮੈਂ ਸਭੀ ਮੰਨਦੀ ਹੈ ਕੋਣ ਹੈ ਤੂੰ ਤੁਸੀਂ ਖੋਤੀ ਤੇਰੀ ਭੈਣ ਦਾ ਓਏ ਬੰਦਾ ਬਣਿਆ ਦੀ ਗੱਲ ਨਹੀਂ ਕਰੀ ਸੀ ਮਾਰਾ ਤੇਰੀ ਮਾਂ ਦੇ ਸਿਰ ਚ ਡੰਡਾ ਸਿਰ ਓਏ ਬੰਦਾ ਬਣੀ ਦਾ ਪੱਠਾ ਓਏ ਮਾਸੀ ਆ ਮੇਰੀ ਓਏ ਬੰਦਾ ਬਣ ਮਾਸੀ ਆ ਮੇਰੀ ਇਧਰ ਹੋਣਾ ਤੇਰੀ ਭਾਈ ਮੈਂ ਤੈਨੂੰ ਕੀ ਕਿਹਾ ਉਹਨੂੰ ਪੁੱਛ ਕੀ ਮਸਲਾ ਹੈ ਕੀ ਮਸਲਾ ਮਾਸੀ ਨਾ ਵੇਖਿਆ ਕਰ ਤੇਰਾ ਵਾਕਫ ਹੀ ਨਹੀਂ ਤੈ ਕੌਣ ਬਗਾਰਤ ਓਏ ਉਹਦੇ ਉਹਨੂੰ ਮਾਰੀ ਜਾਣਿਆ ਯਾਰ ਨਹੀਂ ਆਉਂਦੀ ਤੈਨੂੰ ਮਾਸੀ ਦੀ ਧੁੰਨੀ ਤੇ ਮਾਰੀ ਜਾਣਿਆ ਪੈਪ ਚਬਲਾ ਜਿਹਾ ਮਾਸੀ ਨੂੰ ਖਬਰਦਾਰ ਪੈਪ ਮਾਰੇ ਮੇਰੀ ਨੂੰ ਤੇ ਤੁਹਾਡੀ ਆਂਟੀ ਇਹ ਕੀ ਕੌਣ ਹੈ ਆਂਟੀ ਨੇ ਕਹਿਣਾ ਗੁੱਸਾ ਕਰਦੀ ਆ ਅੱਛਾ ਛੋਟੀ ਅਸਲ ਦੇ ਵਿੱਚ ਮੈਨੂੰ ਇੱਕ ਛੋਟਾ ਜਿਹਾ ਕੰਮ ਸੀ ਮੈਨੂੰ ਦੋ ਕੁੜੀਆਂ ਵੇਖਣ ਆ ਰਹੀਆਂ ਕਰਾਚੀ ਕੁੜੀਆਂ ਮੇਰੇ ਘਰ 'ਚ ਨਹੀਂ ਨਹੀਂ ਇੱਥੇ ਵੈਸੇ ਨਹੀਂ ਆ ਰਹੀਆਂ ਹਾਂ ਓਏ ਇਹਨਾਂ ਨੂੰ ਵੇਖਣ ਆ ਰਹੀਆਂ ਨੇ ਇਹਨੂੰ ਕੀ ਵੇਖਣਾ ਨਾ ਇਹ ਮਲਕ ਰਿਆਜ਼ ਦਾ ਮੁੰਡਾ ਮਲਕ ਰਿਆਜ਼ ਦਾ ਉਹ ਨਹੀਂ ਬੈਰੀ ਵਾਲਾ ਨਹੀਂ ਇਹ ਸਹਿਰੀ ਹੈ ਸਹਿਰੀ ਜਗਾਂਦਾ ਜਿਹੜਾ ਸਹਿਰੀ ਉਹ ਕੋਲੂ ਵਾਲਾ ਮਲਕ ਰਿਆਜ਼ ਕੋਲੂ ਵਾਲਾ ਜੀ ਤੁਰ ਫੜੇ ਮੂੰਹ ਹੀ ਮਾਸੀ ਮਲਕ ਤੁਸੀਂ ਤੁਸੀਂ ਮਹੀਨਾ ਦੋ ਮਹੀਨਾ ਹੋ ਗਿਆ ਤੇਲ ਹੀ ਨਹੀਂ ਲੈਣਾ ਕਿਹੜਾ ਤੇਲ ਤੇਲ ਚੋਰੀ ਕੀਤਾ ਸੀ ਤੇਲ ਚੋਰੀ ਕਾਹਦੇ ਲਈ ਕੀਤਾ ਸੀ ਫਿਰ ਹੋ ਜਾ ਮੈਨੂੰ ਮਨਾਣ ਦੇ ਮਾਸੀ ਉਹ ਦਰਅਸਲ ਨੇ ਵਿਚਾਰੇ ਕੋਈ ਕਮਰਾ ਨਹੀਂ ਹੈਗਾ ਹਾਂਜੀ ਤੇ ਜੇ ਮੈਂ ਨਾ ਮੰਨਣਾ ਫੇਰ ਵੇਖ ਲਾ ਉਹਨੇ ਤੇਲ ਚੋਰੀ ਕੀਤਾ ਉਹਦੇ ਪਿਓ ਨੇ ਘਰੋਂ ਕੱਢ ਦਿੱਤਾ ਵਿੱਚ ਚੋਰੀ ਕੀਤਾ ਤੇਲ ਨਹੀਂ ਨਹੀਂ ਉਹਦੇ ਪਿਓ ਨੇ ਘਰੋਂ ਕੱਢ ਦਿੱਤਾ ਨਾ ਉਹਦੇ ਪਿਓ ਨੇ ਘਰੋਂ ਕੱਢ ਦਿੱਤਾ ਵਿਚਾਰੇ ਦੇ ਪਿਓ ਨੇ ਘਰੋਂ ਕੱਢਦਾ ਤੇ ਮੈਨੂੰ ਗੋਦ ਲੈ ਲਵਾ ਨਹੀਂ ਉਹ ਕਹਿੰਦਾ ਕਮਰਾ ਦਿਓ ਇਹ ਤੇਲ ਅਸਲੀ ਨਹੀਂ ਲੱਗਦਾ ਹੱਥ ਰੁਕਣ ਡਿਆ ਜੀ ਬਿਲਕੁਲ ਸ਼ਾਬਾਸ਼ ਮੈਨੂੰ ਇਹੀ ਯਕੀਨ ਸੀ ਅੱਛਾ ਮੈਨੂੰ ਇਹ ਦੱਸੋ ਕਿ ਤੁਹਾਡੇ ਜਿਹੜੇ ਕਮਰੇ ਨੇ ਹਾਂਜੀ ਅਟੈਚ ਵਾਸ਼ਰੂਮ ਨੇ ਆ ਗਏ ਨੇ ਆਪਣੇ ਕੰਮ ਤੇ ਉਹ ਅਸੀਂ ਬੰਦਾ ਰੱਖਿਆ ਤੁਸੀਂ ਉਹਦੀ ਟੈਨਸ਼ਨ ਨਹੀਂ ਲੈਣੀ ਮਿਲ ਜਾਏਗਾ ਕਮਰਾ ਮਾਸੀ ਉਹ ਤੇਰੇ ਦੋਸਤ ਯਾਰ ਨਾ ਬੜੀ ਬਦਤਮੀਜ਼ੀ ਕਰਨ ਲੱਗ ਗਏ ਨੇ ਤੇ ਮੈਂ ਤੈਨੂੰ ਪਰਦੇਸੀ ਤੇ ਬੈ ਕੇ ਕਰਾਂ
میرے گھر چ کوئی غیر بندہ نہ آوے ایک میں تیرے کول تاں ایک مانتی دے بچے کول تاں میں مانتی نے کی کیا تینوں تینوں ہی پتہ کی کیا ہوے 47 روپیہ لے آو نے اپی دے دے گا تاں بھی کدوں دے دے گا تانوں پتہ جالی جی حکیم نے کد نہیں دتے اونوں اچھا ہن او جالی جی حکیم نے اودوں بڑا سچے حکیم سی تینوں نہیں فرق پینا جڑی مرضی دوائی دے دو کیوں نہیں فرق پینا وے کیوں نہیں فرق پینا مینوں ارے سمارٹ کتے ہونا تیرا پٹاکا صحیح ہے تار سمارٹ ہو سکتی ہے آرے تے لے جانا پانا ہے سمارٹ ہونا کرنا نسان سا کے نہیں کرنا تو صحیح ہے ہوندا بڑا سمارٹ اللہ معاف کرے ਇੰਨੀ ਚਰਬੀ ਕਿੱਥੇ ਵਿਕੜੀ ਹੋਆ ਹਕੀਮ ਨੂੰ ਮੈਂ ਕਿਹਾ ਮੈਂ ਕਹਿੰਦੇ ਪਤਲੇ ਹੋਣਾ ਉਹ ਕਹਿੰਦੇ ਦਵਾਈ ਨਾਲ ਨਹੀਂ ਸਰਨਾ ਮੈਨੂੰ ਇਹਦਾ ਨਾਲ ਲੈ ਕੇ ਚੱਲ ਹੈ ਕਿੱਥੇ ਲੈ ਕੇ ਚੱਲ ਨਹੀਂ ਲੈ ਕੇ ਚੱਲ ਬਤਮੀ ਉਹਨੂੰ ਨਹੀਂ ਇੱਥੇ ਲਿਆਈ ਹਕੀਮ ਨੂੰ ਹਕੀਮ ਨੂੰ ਓਏ ਬੜੀ ਟੈਂਡ ਕਰਾਈ ਚੱਲੇ ਉਹ ਅੱਜ ਕਿਤੇ ਜਾ ਰਹੇ ਆ ਫਰੈਸ਼ ਨਜ਼ਰ ਆ ਨਹੀਂ ਯਾਰ ਮਾਸੀ ਨੇ ਮੁਸੀਬਤ ਪਾਈ ਉਹਦੇ ਪੈਸੇ ਖਾਦੇ ਤੂੰ ਮੈਂ ਅੱਗੇ ਆਪਣੀ ਮਾਂ ਨੂੰ ਮਾਰ ਕੇ ਬਾਹਰ ਆਇਆ ਫਿਰ ਕਿਤੇ ਚੱਲਾ ਚੱਲਾ ਇੱਥੇ ਪਤਲਾ ਹੋਣਾ ਤੂੰ ਪਤਲਾ ਹੋਣਾ ਮੈਂ ਤਾਂ ਆਪਣੇ ਵਿਆਹ ਦੇ ਜਿਹੜੇ ਸੂਟ ਨਹੀਂ ਸੀ ਸਵਾਏ ਉਹ ਵੀ ਛੋਟੇ ਕਰਾ ਲੈ ਨੇ ਕਿ ਤੇਰੀ ਦਵਾਈ ਨਾਲ ਸ਼ਾਇਦ ਮੈਨੂੰ ਕੋਈ ਫਰਕ ਪੈ ਜਾਵੇ ਸਾਨੂੰ ਤੂੰ ਬੇਵਫਾ ਸਮਝ ਲਈ ਹੈ ਹੋਰ ਕੀ ਕੱਪੜੇ ਪਾਉਣੇ ਛੱਡ ਦੇ ਹੁਣ ਜੀ ਕੀ ਮਤਲਬ ਪੈਂਟਾਂ ਪਾਉਣੀਆਂ ਸ਼ੁਰੂ ਕਰ ਦੇ ਦਵਾਈ ਆ ਚੁੱਕੀ ਆ ਐ ਮੈਂ ਸੱਪਾਂ ਦਾ ਟੋਕਰਾ ਹੀ ਚੋਂ ਕੱਢ ਕੇ ਲਿਆ ਸਿਰਫ ਤੇਰੇ ਵਾਸਤੇ ਸੱਪਾਂ ਦੇ ਟੋਕਰੇ ਚੋਂ ਹਾਂ ਮੈਂ ਹੁਣ ਦਵਾਈ ਖਾ ਕੇ ਇੰਜ ਬਨਾਰਸੀ ਸਾੜੀ ਬੰਨ ਕੇ ਆਪਣੀ ਮਾਸੀ ਨੂੰ ਰੋਕ ਲਾ ਮੈਂ ਇਹਦਾ ਕਿਤੇ ਕਾਣਾ ਨਾ ਹੋ ਜਾ ਤੈਨੂੰ ਹੀ ਸ਼ਰਮ ਨਹੀਂ ਆਉਂਦੀ ਮਾਸੀ ਵੱਖੀ ਨੰਗੀ ਕਰਕੇ ਮੇਰੇ ਅੱਗੇ ਐਕਸ਼ਨ ਕਰ ਰਹੀ ਹੈ ਮੇਰੀ ਬੀਵੀ ਨੂੰ ਤਾਂ ਪਹਿਲਾ ਜੋੜਾ ਹੋਣ ਵਾਲਾ ਵੇ ਸਹੀ میرا مطلب ਵੱਟ ਪੈ ਗਿਆ ਤੇਰਾ ਖਾਨਾ ਖਰਾਬ ਤਾਂ ਇੰਨੀ ਵਿਆਹੀ ਜਾ ਰਹੀ ਤਲੀ ਕਰ ਬੜੀ ਡੂਗੀ ਤਲੀ ਹੈ ਤੇਰੀ ਗੱਲ ਇਹ ਹੱਥ ਅੱਲਾ ਦੇ ਨਾਂ ਤੇ ਬੜਾ ਕੰਮ ਆਵੇ ਯਕੀਨ ਕਰ ਖੋਲ ਹੱਥ ਕਿੰਨਾ ਕੁ ਖੋਲਾਂ ਓਏ ਰੱਖ ਦੇ ਇਸ ਤਰ੍ਹਾਂ ਰੱਖ ਦੇ ਚੱਲ ਓਏ ਉਹ ਦਵਾਈ ਕਿੱਥੇ ਗਈ ਅੱਛਾ ਵੇਸੀ ਹੈ ਵਿੱਚ ਆ ਫੜੀ ਇਹ ਦਵਾਈ ਤੇ ਫੱਕਾ ਨਹੀਂ ਮਾਰਨਾ ਕੌੜੀ ਛਾਇਆ ਸਰ ਕਰਦੀ ਹੁੰਦੀ ਹੈ ਇਹ ਤਾਂ ਤੂੰ ਜਦੋਂ ਖਾਏਗੀ ਤੇ ਯਕੀਨ ਕਰ ਕਾਜਲ ਪ੍ਰਿੰਕਾ ਚੋਪੜਾ ਸੁਸ਼ਮਿਤਾ ਸਿੰਘ ਤੇਰੇ ਕੇ ਕੁਛ ਵੀ ਨਹੀਂ ਲੱਗਣਗੀ ਅੱਛਾ ਇੰਨੀ ਸਮਾਰਟ ਹੋ ਜਾਏਗੀ ਤੂੰ ਚਾਹ ਨਾ ਤੇਰੇ ਵਾਲ ਆ ਜਾਣ ਸੋਨਾ ਯੂਰੀਆ ਖਾਇਆ ਕਰ ਉਹ ਜ਼ਮੀਨ ਦੇ ਨਾਲ ਨਹੀਂ ਆਉਣੇ ਓਏ ਉਹ ਜ਼ਮੀਨ ਚ ਗੰਨਾ ਕੱਟ ਲੈਂਦੇ ਨੇ ਤੇ ਵਾਲ ਕੀ ਛਾਏ ਮੈਨੂੰ ਇਹ ਲੱਗਦਾ ਓ ਯਾਰ ਤੂੰ ਪਹਿਲਾਂ ਉਹਨਾਂ ਨੂੰ ਸਮਾਰਟ ਕਰ ਯਾਰ ਅੱਛਾ ਮੈਂ ਸਮਾਰਟ ਹੋ ਗਈ ਤੇ ਸਮਾਰਟ ਹੋ ਜਾਏਗੀ ਤੇ ਤੂੰ ਇੰਜ ਲੱਗੇਗਾ ਜਿਵੇਂ 2D ਆ ਰਹੀ ਹੈ ਹਾਏ ਹਾਏ ਹੁਣ ਤਾਂ ਤੂੰ ਇੰਜ ਲੱਗਣੀ ਹੈ ਜਿਵੇਂ ਕਾਲਾ ਇੰਜਣ ਆ ਰਿਹਾ ਹੈ ਖਾ ਮੈਂ ਸਿਖਾ ਦੂੰ ਖਾ ਲਾ ਖਾ ਫੱਕਾ ਮਾਰ ਫੱਕਾ ਮਾਰ ਉਹ ਫੱਕੇ ਨਾਲ ਅਸਰ ਨਹੀਂ ਹੋਣਾ
چل ماسی کھچ بڑا ہی کمی اپنا ماسی اج روٹی رج کے کھدی تھی مسٹیک ہو رہی مسلو مین فروا ہوا منٹ ماسی کلو جا میری گل سن لو ہاں جی ہاں جی میرے برا نو لگی سی کھانسی دوائی کھانا روٹی بھی کھدیا نہیں ماسی مینو گل سن لین دے چوسری دے منہ والی ہے دیر ہو گئی روٹی کھا دیا کسی کھوتی دیا بچیا چپ کر کے کھلو اچھا امی جی کدھر دکی لیا بغیر تو پھر مینو اتنے چولہا دے میں پائی آوا محبت شروع ہو جانی تھی محبت تو پھر لوکاں نے ڈانگا مار دیا اچھا بھائی جی مائنڈ نہ کرنا تو نالا لم کر مشہور پی مانی چ کوئی زمانہ ہی نہیں ہاں جی کوئی
ਮੈਨੂੰ ਕਹਿੰਦਾ ਕੈਸਰ ਸਾਲ ਹੈ, ਮੈਂ ਕਿਹਾ ਲੈ ਲਿਆ, ਕਹਿੰਦਾ ਹੁਣ ਆ ਲੈ, ਭਲੇ ਦਾ ਕੋਈ ਸਮਾਨ ਨੀ ਉਹਨੇ ਦਿੱਤਾ ਮੈਨੂੰ, ਬਿਲਕੁਲ ਹੀ ਭਲਾ ਕਰ ਗਿਆ, ਕਿਸੇ ਨਾਲ ਭਲਾ ਨੀ ਕਰਨਾ ਚਾਹੀਦਾ, ਭਲੇ ਦਾ ਜ਼ਮਾਨਾ ਹੀ ਕੋਈ ਨੀ, ਕੀ ਮਤਲਬ ਮੈਂ ਉਹਨੂੰ ਇੰਟਰਟੇਨ ਕਰ ਰਿਹਾ ਤੇ ਮੈਨੂੰ ਗੁੱਸਾ ਕਰ ਰਹੀ ਹੈ, ਲੇਕਿਨ ਹੋਇਆ ਕੀ, ਬੁਰੀ ਬਾਤ ਹੈ, ਵਿਚਾਰੀ ਅੱਗੇ ਟੈਨਸ਼ਨ ਚ, ਮੈਂ ਬਹੁਤ ਦੁਖੀ ਆ, ਕਿਉਂ ਦੁਖੀ ਆ, ਭਲਾ ਨਾ ਕਰੀ ਕਿਸੇ ਦੇ ਨਾਲ, ਭਲੇ ਦਾ ਕੋਈ ਜ਼ਮਾਨ, ਆਪਣਾ ਮੁੰਡਾ ਜਿਹੜਾ ਹੈ ਮੀਆਂ ਮੀਆਂ ਸਾਹਿਬ ਆਪਣੇ ਆਹ ਲਾਹੌਰ ਚ ਪੁੱਲ ਬਣਾ ਤੇ, ਸੜਕਾਂ ਬਣਾ ਤੀਆਂ, ਆ ਚੰਦਰ ਨੇ ਭਲੇ ਦਾ ਕੋਈ ਜ਼ਮਾਨ, ਕੋਈ ਨੀ ਭਲੇ ਦਾ ਕੋਈ ਜ਼ਮਾਨਾ ਨੀ ਯਾਰ, ਉਹਨਾਂ ਦਾ ਸਾਡਾ ਕੀ ਤਾਂ ਲੱਗੇ ਇਸ ਗੱਲ ਨਾਲ, ਇਹਨੂੰ ਟੈਨਸ਼ਨ ਵਾਲਾ ਕੀ ਆ, ਲੈ ਦੇਖੀ ਦੱਸ ਤੂੰ, ਤੈਨੂੰ ਹੋਇਆ ਕੀ ਹੈ, ਉਹ ਮਾਨ ਦੀ ਹਕੀਮ ਨਹੀਂ, ਉਹ ਮਾਨ ਦੀ ਮੇਰਾ ਹੱਥ ਤੇ ਛੱਡ ਦਿਓ, ਭਲੇ ਦਾ ਜ਼ਮਾਨ, ਤੂੰ ਮੇਰਾ ਫੜ ਲੈ, ਰੱਖਿਆ ਹੋਇਆ ਕੀ ਮੈਨੂੰ ਦੱਸ, ਮੇਰੇ ਭਰਾ ਨੂੰ ਲੱਗੀ ਸੀ ਖਾਂਸੀ, ਕਹਿੰਦਾ ਉਹਨੂੰ ਜਾ ਕੇ ਦਵਾਈ ਖਾ, 2 ਘੰਟੇ ਬਾਅਦ ਆਰਾਮ ਆ ਜਾਏਗਾ, ਲੇਕਿਨ 2 ਦਿਨ ਹੋ ਗਏ ਨੇ ਕੁੱਤੇ ਵਾਂਗੂ ਭੌਂਕੀ ਜਾ ਰਿਹਾ, ਤੇਰਾ ਭਰਾ ਵੇਖਣਾ, ਤੇਰੇ ਭਰਾਵਾਂ ਦੇ ਨਸੀਬ, ਇੱਕ ਭੌਂਕੀ ਜਾ ਰਿਹਾ, ਦੂਜਾ ਗੰਜਾ ਹੋ ਗਿਆ, ਇਹ ਸਾਰਾ ਟੱਬਰ ਹੀ ਇਹਨਾਂ ਦਾ ਇਸ ਤਰ੍ਹਾਂ ਦਾ, ਹਾਂਜੀ ਭਰਾ ਇੱਕ ਗੰਜਾ ਹੋ ਗਿਆ, ਇੱਕ ਭੌਂਕੀ ਜਾਣ ਡਿਆ, ਪਿਓ ਵੇਸਕੋਟ ਪਾ ਕੇ ਚਿੱਟਾ ਸੂਟ ਪਾ ਕੇ ਫਿਰੀ ਜਾਣ ਡਿਆ, ਤੇਰੀ ਸ਼ਾਦੀ ਹੋਈ ਹੈ, ਫਿਰ ਐ ਨੀ ਦੇਣੀ, ਹਾਂਜੀ ਇੱਕੋ ਡੱਬੇ ਚ, ਇੱਕੋ ਹੀ ਹੈ ਨਾ ਦਵਾਈ, ਹਾਂ ਐ ਲੈ ਫੜ ਤੂੰ, ਇਹ ਆਪਣੇ ਭਰਾ ਨੂੰ ਖਵਾਉਣੀ, ਹੁਣ ਕੁੱਤੇ ਨੂੰ ਨਹੀਂ, ਸ਼ੇਰ ਬਣ ਜਾਏਗਾ, ਪਰ ਦੇ ਦੇ ਮੈਨੂੰ ਨਾ ਖਵਾਈ, ਸ਼ੇਰਾਂ ਦੀ ਅੱਜਕੱਲ ਸਖਤੀ ਆਈ ਹੈ, ਇਸ ਕਰਕੇ ਭਲੇ ਦਾ ਜ਼ਮਾਨਾ ਕੋਈ ਨੀ, ਲੇਕਿਨ ਫਿਰ ਵੀ ਜੋ ਵੀ ਉਹਨੂੰ ਇੱਕ ਅੱਧੀ ਪੁੜੀ ਦੇਣਾ, ਐਰਾ ਫੜ ਮੇਰੀ ਜ਼ਿੰਦਗੀ, ਇਹ ਸਰੋਂ ਦਾ ਤੇਲ ਨਾ ਖਵਾਉਣੀ ਉਹਨੂੰ, ਵੀ ਪਾਣੀ ਨਾ ਖਵਾਉਣੀ, ਹੋਰ ਕੀ ਤੈਨੂੰ ਭਲੇ ਦਾ ਜ਼ਮਾਨਾ, ਪਾਣੀ ਨਾ ਘਬਰਾਉਣਾ ਨੀ ਸਰ, ਕੁਛ ਨੀ ਹੁੰਦਾ, ਉਹਨੂੰ ਦਵਾਈ ਦੀ ਫੀਸ ਵੀ ਨਾ ਪੂਰੀ ਕਰੀਏ, ਅੰਮਾ ਪਾਣੀ ਵਾਲੇ ਟੱਪ ਚ ਬਹਿ, ਕਿਸੇ ਖੋਤੀ ਦੀਆਂ ਬੱਚਿਓ ਗਲਤ ਹੀ ਗੱਲ ਕੀਤੀ ਜਾਣਾ, ਤੂੰ ਕਿਧਰ ਆਇਆ ਵੇ, ਜਦੋਂ ਹੁੰਦੇ ਹੋ ਤੁਸੀਂ, ਉਹਨੇ ਤੇ ਦਵਾਈ ਤੁਹਾਨੂੰ ਖਾਣ ਲਈ ਦਿੱਤੀ ਸੀ, ਉਹ ਬਗੈਰ ਉਹਦੇ ਵਿੱਚ ਮਿੱਟੀ ਮਿਲਾਈ ਹੈ ਦਵਾਈ ਚ, ਓਏ ਮੰਤਰੀ ਮਿੱਟੀ ਦੇ ਵਿੱਚ ਹੀ ਜਾਣਾ, ਤੁਸੀਂ ਤਾਂ ਮਿੱਟੀ ਖਾ ਨਹੀਂ ਸਕਦੇ, ਹੈ ਬਗੈਰ ਇਹ ਕੀ, ਮੈਂ ਹੀ ਨਹੀਂ ਖਾਣਾ ਜੀ, ਕਿਉਂ ਨਹੀਂ ਕੀ, ਕਾਹਦੀ ਦਵਾਈ ਖਾਣੀ ਤੁਸੀਂ, ਮੈਂ ਕਿਹਾ ਸੀ ਮੈਨੂੰ ਸਮਾਰਟ ਫੋਨ ਦੀ ਦਵਾਈ ਦੇ, ਕਿੰਨੇ ਤੈਨੂੰ, ਪਹਿਲਾਂ ਸਮਾਰਟ ਤੈਨੂੰ ਮੈਂ ਕਰ ਦੇਣਾ, ਲੇਕਿਨ ਧੁੰਨੀ ਓਡੀ ਲੈਣੀ ਹੈ, ਅੱਜ ਕੱਲ ਦੁੰਨੀ ਛੋਟੀ ਨੀ ਕਰ ਰਿਹਾ, ਉਹ ਵੱਡੀ ਕਰ ਰਿਹਾ, ਤੁਸੀਂ ਸਮਾਰਟ ਹੋਣਾ, ਹਾਂ ਮੈਂ ਕਹਿੰਦੀ ਮੇਰੇ ਇੰਨਾ ਚ ਲੱਕ ਹੋ ਜਾਵੇ, ਅੱਛਾ ਜੀ ਐਕਸਰਸਾਈਜ਼ ਬਹੁਤ ਜ਼ਰੂਰੀ ਹੈ,
जोर जोर पूरा ना ना उधर नहीं उन्होंने वजह से मोटे हो जाए तुम चलो खा लाइ अक्रम तो छोटे ने ना अच्छा जेड़ा हुप है ना एनू भी दस दे सारी जिंदगी की मैं वेला रहा अच्छा अम करिए मैं कम करो हेलमेट पाके जाई चलान हो रहा काम असी करांगे बस ठीक है तू नाराज हो जा बस चंगी तरह मेहनत करनी जाए मैनूं याद आ गया अल्लाह तेरी लंबी जिंदगी खरे करनी है कि नहीं करनी बदतमीजी ना कर फिल्म चांस मिले काम करन दा ते करनगियां भावे 5 मिनट दी फिल्म बना लो क्या बात शीशा वेखो
ਸ਼ੀਸ਼ਾ ਸ਼ੀਸ਼ਾ ਵੇਖੋ ਹੈਂ ਉਹ ਚੌਧਰੀ ਤੁਹਾਡੇ ਘਰ ਆ ਗਿਆ ਉਹ ਨਸੀਬ ਤੁਹਾਡੇ ਨਹੀਂ ਤਾਂ ਮੈਨੂੰ ਕੌਣ ਬਣਨ ਦਿੰਦਾ ਜੇ ਅਰੇ ਚੌਧਰੀ ਸਾਹਿਬ ਹਾਂ ਤੁਸੀਂ ਹੋ ਜਾਂ ਹੋਰ ਵੀ ਆ ਰਿਹਾ ਕੋਈ ਚੌਧਰੀ ਓਏ ਆ ਚੌਧਰੀ ਆ ਇਸ ਲਾਗੇ ਚ ਹੋਰ ਸਾਰਿਆ ਇਹ ਕੀ ਲਾਇਕਾ ਸੀ ਸੇਮ ਨਹੀਂ ਮੇਰੇ ਪੱਲੇ ਤੇ ਬੜਾ ਕੁਛ ਆ ਚੌਧਰੀ ਮੂੰਹੋਂ ਕੱਢੋਗੇ ਅਸੀਂ ਕੰਜਰ ਆ ਤੇ ਮੈਂ ਕੱਢਾਂ ਪੈਸੇ ਇੰਨੇ ਪੈਸੇ ਮੈਂ ਕਹਿੰਦਾ ਇਹਦੇ ਚ ਵੀ ਪੈਸੇ ਆ ਅੱਛਾ ਜੀ ਚੌਧਰੀ ਸਾਹਿਬ ਆ ਗਏ ਸ਼ਹਿਜ਼ਾਦੇ ਬੰਬਰ ਸ਼ੇਰ ਇਸ ਤੋਂ ਪਹਿਲਾਂ ਕਿ ਮੈਨੂੰ ਨੈਬ ਫੜ ਲਵੇ ਮੇਰੇ ਕੋਲ ਪੈਸੇ ਫੜ ਲਓ ਪੈਸੇ ਚਲਾ ਲੈ ਚਲਾ ਹੋਣਾ ਫੜੇ ਜਾਓਗੇ ਆਪਣੇ ਜੋਈ ਸਾਹਿਬ ਇੱਥੇ ਕਿਵੇਂ ਆਏ ਹੋ ਗੱਲ ਇਹ ਆ ਬੜੀ ਮੁਸ਼ਕਿਲ ਆਇਆ ਤੁਹਾਡੇ ਕੋਲ ਤਾਂ ਟੁਰਿਆ ਹੀ ਨਹੀਂ ਜਾਂਦਾ ਕਿਸ ਤਰ੍ਹਾਂ ਪਹੁੰਚੋ ਮਜਬੂਰੀ ਲਾਇਆ ਅੱਛਾ ਮਜਬੂਰੀ ਲਾਇਆ ਤੁਸੀਂ ਚੁੱਪ ਕੀਤੇ ਹੋ ਟਾਈ ਘੁੱਟ ਕੇ ਬੰਨ ਬੈਠੇ ਹੋ ਚੌਧਰੀ ਸਾਹਿਬ ਹਾਂਜੀ ਤੁਸੀਂ ਤੁਸੀਂ ਗੱਲਾਂ ਕਰੋ ਤੁਹਾਡੀ ਮੰਗਣਾ ਦਾ ਟਾਈਮ ਆ ਚੋ ਜਾਏ ਓਏ ਸਾਧੋ ਕੀ ਦਿਆ ਖੁਸ ਰਿਆ ਚੌਧਰੀ ਸਾਹਿਬ ਹਾਂਜੀ ਉਹ ਤੁਸੀਂ ਪਛਾਣੇ ਨਹੀਂ ਚੌਧਰੀ ਸਾਹਿਬ ਕੀ ਹੈ ਦੱਸੋ ਜੰਗੀਰ ਤਰੀਨ ਸਾਹਿਬ ਨੇ ਉਹ ਗੱਲ ਸੁਣੋ ਆਪਣਾ ਪ੍ਰਵੇਸ਼ ਖੱਟਕ ਸਾਹਿਬ ਗੱਲ ਇਹ ਆ ਜੀ ਜੀ ਮੈਨੂੰ 3 ਅਦਦ ਕੰਜਰੀਆਂ ਚਾਹੀਦੀਆਂ ਇਹਨਾਂ ਨੂੰ ਪੁੱਛ ਲਾ ਅਸੀਂ ਧੜਾਣੇ ਹੁੰਦੇ ਤੁਸੀਂ ਕਹਿੰਦੇ ਥੋੜਾ ਜਿਹਾ ਬਗੈਰ ਧੁਣਾ ਪੈਣਾ ਤੇਰੇ ਘਰ ਕੀ ਕਹੀ ਜਾਣ ਦੇ ਤੇਰੇ ਘਰ ਕਰਾਣਿਆਂ ਦਾ ਆਉਣ ਜਾਣ ਸੀ ਤੂੰ ਪੱਕਾ ਹੀ ਹੋ ਗਿਆ ਆ ਚੱਲ ਉੱਧਰ ਜਾ ਕੰਮ ਕਰ ਭਾਈ 3 ਅਦਦ ਕੰਜਰੀਆਂ ਲਾਇਆ ਕਾਕਾ ਉਹ ਮੇਰੀ ਹੋਈ ਸੀ ਉਹਨਾਂ ਕੰਜਰੀ ਜਾਣ ਗੱਲ ਫਿਰ ਉਹ ਕਹਿੰਦੀ ਅਸੀਂ ਬਾਹਰ ਨਹੀਂ ਨਿਕਲਣਾ ਸਾਡੇ ਭਰਾ ਚੌਧਰੀ ਨੇ ਮਨਾ ਕੀਤਾ ਇੱਧਰ ਮਰ ਜਾ ਕਿਤੇ ਮਰ ਜਾ ਕਿਤੇ ਉਹ ਮੈਂ ਫਿਲਮ ਬਣਾਉਣੀ ਆ ਅੱਛਾ ਤੇ ਫਿਰ ਅਸੀਂ ਰਵਣਾ ਕਮਾਉਣਾ ਤੁਸੀਂ ਤੇ ਡੈਕ ਆਪਣਾ 3 ਅਦਦ ਚਾਹੀਦੀ ਹੈ 3 ਅਦਦ ਹਾਂਜੀ 3 ਅਦਦ ਤੇ ਨਾਲ ਰਹਿ ਦਸਲਾ ਚਾਹੀਦਾ ਕਿ ਨਹੀਂ ਓਏ ਨਹੀਂ ਤੁਸੀਂ ਇੱਧਰ ਆਓ ਆ ਥੱਲੇ ਬਈ ਉਹ ਬਹਿ ਤੇ ਸਹੀ ਕੀ ਆ ਵੇ ਬੈਠਿਆ ਚੌਧਰੀ ਕੰਜਰ ਨਹੀਂ ਲੱਗਦਾ ਬੈਠੇ ਤੁਸੀਂ ਹੋ ਕਿ ਮੈਂ ਇਹਦੇ ਵਿੱਚ ਪੈਸੇ ਆ ਜੇ 1000 ਵਾਲਾ ਉੱਤੇ ਚੜ ਗਿਆ ਤਾਂ ਮੈਂ ਜ਼ਿੰਮੇਵਾਰ ਨਹੀਂ ਸਾਹਮਣੇ ਨਾ ਬਾਜਾ ਇੱਧਰ ਅੱਛਾ ਗੱਲ ਬਾ ਆਪਣਾ ਤੂੰ ਮੁੰਡਾ ਸਮਝਦਾਰ ਲੱਗਣਾ ਬਾ ਅੱਲਾ ਦੀ ਮਿਹਰਬਾਨੀ ਜੀ ਉਹ 24 ਕੈਰਟ ਦੇ ਆ ਮਸੱਲੀਆ ਉਹ ਮੈਨੂੰ 3 ਅਦਦ ਕੰਜਰੀਆਂ ਚਾਹੀਦੀਆਂ ਭਾਈਆਂ ਤੁਸੀਂ ਬੜੀ ਗੱਲ ਕੰਜਰੀਆਂ ਚਾਹੀਦੀਆਂ ਹਾਂ ਤੇਰੇ ਇਲਾਕੇ ਮੌਕੇ ਹੀ ਆ ਤੂੰ ਯਾਰ ਫਿਲਮ ਬਣਾਉਣੀ ਮੈਂ ਸਰ ਹਿਰਬਣਾ ਚਾਹੀਦੀਆਂ ਨਾ ਹਿਰਬਣਾ ਆਪਣੀ ਜ਼ੁਬਾਨ ਠੀਕ ਕਰੋ ਤੇ ਤੁਸੀਂ ਕਰਾਉਣੀ ਆ ਨਾ ਮੈਨੂੰ ਕੀ ਪਤਾ ਕੰਜਰੀਆਂ ਨਹੀਂ ਕਹਿਣਾ ਕੰਜਰੀਆਂ ਨਹੀਂ ਕਹਿਣਾ ਬੈੜੀ ਗੱਲ ਨੇ ਤੁਸੀਂ ਉਹਨਾਂ ਨੂੰ ਕਹੋ ਕਿ ਸਾਨੂੰ ਲੇਡੀਜ਼ ਚਾਹੀਦੀਆਂ ਨੇ ਸਾਨੂੰ ਲੇਡੀਜ਼ ਚਾਹੀਦੀਆਂ ਲੇਡੀਜ਼ ਤੇ ਫਿਲਮੀਆਂ ਕੰਜਰ ਤੇ ਕੰਜਰਾਂ ਨੂੰ ਵੀ ਨਹੀਂ ਕਹੀਦਾ ਹੁੰਦਾ ਹਾਂ ਨਹੀਂ ਕਹੀਦਾ ਰਾਈਟਰ ਡਾਇਰੈਕਟਰ ਕੌਣ ਹੈ ਰਾਈਟਰ ਡਾਇਰੈਕਟਰ ਮੈਂ ਆਪ ਵਾਹ ਮਜ਼ਾ ਲਿਖੀ ਤੂੰ ਯਾਰ ਮੈਂ ਫਿਲਮ ਬਣਾ ਰਿਹਾ ਡਬਲ ਸਟੋਰੀ ਡਬਲ ਸਟੋਰੀ ਉਹ ਮਕਾਨ ਤੁਹਾਡਾ ਸਿੰਗਲ ਸਟੋਰੀ ਹੈ ਕੀ ਬਾਤ ਹੈ ਡਬਲ ਸਟੋਰੀ ਉਹ ਡਬਲ ਸਟੋਰੀ ਫਿਲਮ ਪਤਾ ਕਿਦਾਂ ਮੇਰਾ ਇੱਕ ਸਟੋਰੀ ਦੇ ਵਿੱਚ ਸਟੋਰੀ ਵਾਹ ਵਾਹ ਸਟੋਰੀ ਦੇ ਵਿੱਚ ਸਟੋਰੀ ਡਬਲ ਸਟੋਰੀ ਡਬਲ ਸਟੋਰੀ ਨਹੀਂ ਤੁਹਾਡੇ ਕੋਲ ਪਾਣੀ ਛਾਣੀ ਹੁੰਦਾ ਡਬਲ ਸਟੋਰੀ ਹੋਣੀ ਚਾਹੀਦੀ ਅੱਛਾ ਬਹਿ ਕੇ ਸਾਨੂੰ ਸਟੋਰੀ ਸੁਣਾਓ ਫਿਲਮ ਸਟੋਰੀ ਦੀ ਪੌੜੀਆਂ ਵੀ ਆਉਣਗੀਆਂ ਹੈ ਪੌੜੀਆਂ ਵੀ ਆਉਣਗੀਆਂ ਡਬਲ ਸਟੋਰੀ ਡਬਲ ਸਟੋਰੀ ਫਿਲਮ ਬਣਾਉਣੀ ਪਿੱਛੇ 4 ਕਮਰੇ ਅੱਗੇ ਇੱਕ ਡਰਾਮ ਬਰਾਂਡਾ ਠੀਕ ਹੈ ਠੀਕ ਹੈ ਤੇ ਇੱਕ ਬੈਠਕ ਵੀ ਆਏ ਗਏ ਨੇ ਪਾਣੀ ਵਾਲੀ ਟੈਂਕੀ ਸਟੋਰੀ ਕੀ ਹੈ ਸਟੋਰੀ ਮੈਂ ਬਣਾ ਰਿਹਾ ਆਪਣੇ ਦਾਦੇ ਤੇ ਅੱਛਾ ਵਾਹ ਵਾਹ ਜਿੱਦਾਂ ਦੀ ਆਪਣਾ ਬਣਾਈ ਉਹਨਾਂ ਨੇ ਰਾਜਪੂਤ ਤੇ ਗੁੱਜਰ ਦਾ ਵੈਰ ਤਾਂ ਫਲਾਣੀ ਪੁੱਤਰ ਮਾਈਓ ਗੁੱਜਰ ਦਾ ਮੈਂ ਆਪਣੇ ਦਾਦੇ ਤੇ ਬਣਾ ਰਿਹਾ ਫਿਲਮ ਜਿਹੜੀ ਦਾਦਾਗਿਰੀ ਜੇ ਤੁਹਾਡੀ ਦਾਦੀ ਜ਼ਿੰਦਾ ਨੇ ਮਰ ਗਈ ਆ ਤਾਂ ਤੇ ਤੁਹਾਨੂੰ ਕੰਜਰੀਆਂ ਦੀ ਬਾਹਰੋਂ ਲੋੜ ਪੈ ਰਹੀ ਹੈ ਵੇਖਦਾ ਵੇਖਦਾ ਅੱਛਾ ਸਟੋਰੀ ਸੁਣਾਓ ਤੁਸੀਂ ਕੀ ਹੈ ਸਟੋਰੀ ਇਹ ਕਿ ਮੇਰੇ ਬਹਿ ਯਾਰ ਬਹਿ ਜਾ ਫੋਨ ਫੇਰ ਕੇ ਸੁਣਾ ਆਇਓ ਬਹਿ ਜਾ ਬਹਿ ਜਾ ਯਾਰ ਬਹਿ ਜਾ ਸਟੋਰੀ ਅੱਛੀ ਹੋਣੀ ਹੈ ਕੋਈ ਬਹਿ ਜਾ ਨਾ ਬਾਬਾ ਅੱਲਾ ਦਾ ਹੁਕਮ ਭਾਈ ਫਿਰ ਜੀ ਜੀ ਬਸ ਜੰਪ ਕੋਈ ਨਾ ਆਵੇ ਮੇਰੇ ਕੋਲ ਤਾਂ ਫੜਨ ਨੂੰ ਜਗ੍ਹਾ ਨਹੀਂ ਕੋਈ ਨਹੀਂ ਹੈ ਜੀ ਕੋਈ ਜੰਪ ਆ ਲੰਦੇ ਤੈਨੂੰ ਮੈਂ ਦੱਸਾਂਗਾ ਜਗ੍ਹਾ ਅੱਛਾ ਜੀ ਇਹ ਗੱਲ ਸੁਣ ਘਬਰਾਈ ਨਾ ਜਗ੍ਹਾ ਮੇਰੇ ਕੋਲ ਵੀ ਹੈ ਆ ਜਿਹੜਾ ਹੈਲਮਟ ਪਾਵੇ 2000 ਚਲਾਨ ਹੈ ਨਾ ਹਾਂਜੀ ਇਹ ਜਾ ਕੇ ਕਹਿੰਦਾ ਮੈਨੂੰ ਹੱਥੋਂ ਦਿਓ ਮੈਂ ਤਾਂ ਜਦੋਂ ਦਾ ਜੰਮਿਆ ਮੈਂ ਲਾਇਆ ਹੀ ਨਹੀਂ ਲੇਕਿਨ ਜੋ ਸਰ ਸਟੋਰੀ ਸਟੋਰੀ ਇਹ ਆ
ਕਿ ਨੰਬਰ ਚੱਲੇ ਨੇ ਨੰਬਰ ਚੱਲੇ ਤੇ ਮੋਗੀ ਫਿਲਮ ਨਹੀਂ ਨਹੀਂ ਬਾ ਠੀਕ ਹੈ ਅੱਛਾ ਪਹਿਲੇ ਚਲਾਉਣਾ ਨੰਬਰ ਪਹਿਲੇ ਚਲਾਉਣਾ ਅੱਛਾ ਸੀਨ ਸ਼ੁਰੂ ਹੋਇਆ ਟਾਈਟਲ ਨਹੀਂ ਚੱਲਦਾ ਥੱਲੇ ਲਿਖਿਆ ਦਾ ਗੁਲਫਾਮ ਅਕਰਮ ਦਾ ਅੱਛਾ ਉਹ ਪਹਿਲੇ ਚਲਾਉਣਾ 100 ਰੁਪਈਆ ਸਾਰੇ ਕੰਜਰਾਂ ਦੇ ਨਾਮ ਹੁੰਦੇ ਆ ਠੀਕ ਹੈ ਆ ਥੱਲੇ ਹੋਰ ਚੌਧਰੀ ਲਿਖਿਆ ਹੁੰਦਾ ਨਾ ਹਾਂ ਅੱਛਾ ਜੀ ਚਲੋ ਇਹ ਸੁਣਾਓ ਇਹ ਨੰਬਰ ਖਤਮ ਹੋਇਆ ਤੇ ਮੇਰਾ ਦਾਦਾ ਮੰਜੀ ਤੋਂ ਉੱਠਿਆ ਮੰਜੀ ਤੋਂ ਉੱਠਿਆ ਦਾਦਾ ਦਾਦਾ ਉੱਠ ਪਿਆ ਸਭ ਤੋਂ ਵੱਡੀ ਗੱਲ ਤੇ ਹੈ ਨਾ ਕਹੀ ਅੱਕੋ ਮੁਬਾਰਕ ਹੋਏ ਜੀ ਦਾਦਾ ਉੱਠ ਪਿਆ ਮੀਤ ਨਹੀਂ ਸੀ ਹੈਗੀ ਹਾਂ ਕੀ ਆਪਾ ਅੱਛਾ ਮੈਂ ਕਹਿ ਰਿਹਾ ਵੀ ਦਾਦਾ ਮੇਰਾ ਉੱਠਿਆ ਉਹ ਕੋ ਉੱਠਿਆ ਨਹੀਂ ਗਿਆ ਓਏ ਓਏ ਹਾਏ ਫੇਰ ਦਾਦੀ ਮੇਰੀ ਨੇ ਫਿਰ ਆ ਕੇ ਠਾਇਆ ਵਾਹ ਰੇ ਵਾਹ ਦਾਦਾ ਸਮਸ ਉੱਠਿਆ ਨਹੀਂ ਉੱਠਿਆ ਪਰ ਦਾਦੇ ਤੁਸੀਂ ਠਾਇਆ ਤੇ ਨਹੀਂ ਉੱਠ ਰਿਹਾ ਨਹੀਂ ਉੱਠ ਰਿਹਾ ਚੋਰ ਜੀ ਦਾਦੇ ਤੇ ਲਾਣਾ ਵੇ ਜਮਾ ਸਾਹਮਣੇ ਦੁਸ਼ਮਣ ਬਾਈ ਜੀ ਤੁਸੀਂ ਗਾਟ ਹੋ ਨਾ ਤੇ ਉਧਰ ਦੁਸ਼ਮਣ ਲੋ ਸਾਡੇ ਕੋਲ ਕੀ ਕਰਨ ਦੇ ਚਲੋ ਨਿਕਲੋ ਉਧਰ ਸਾਹਮਣੇ ਦੁਸ਼ਮਣ ਆ ਕੇ ਤੁਸੀਂ ਬੈਠੋ ਅੱਛਾ ਫੇਰ ਅੱਜ ਕਰਕੇ ਦੁਸ਼ਮਣ ਕੰਨਾ ਉਹਨਾਂ ਦੇ ਹੱਥਾਂ 'ਚ ਦਾਦਾ ਕਹਿੰਦਾ ਵੀ ਅੱਜ ਘੇਰੇ ਗਏ ਆ ਘੇਰੇ ਗਏ ਅੱਜ ਕਰਕੇ ਪਿੱਛੋਂ ਮੇਰੀ ਦਾਦੀ ਨਿਕਲੀ ਆ ਦਾਦੀ ਤੁਹਾਡੀ ਪਹਿਲੇ ਵੀ ਨਿਕਲੀ ਸੀ ਕਿਉਂਕਿ ਉਹ ਨਿਕਲੀ ਹੈ ਤੇ ਦਾਦੇ ਕੋ ਆਈ ਹੈ ਕਿਉਂ ਫਿਰ ਨਿਕਲ ਗਈ ਨਹੀਂ ਦਾਦੀ ਮੇਰੇ ਬੜੀ ਆਵਾਰਾ ਔਰ ਤਾਂ ਦਾਦੀ ਯਾਰ ਰੱਖੋ ਕਿਸੇ ਚੋਰੀ ਦੀ ਸਟੋਰੀ ਸੁਣੀ ਦੀ ਹੁੰਦੀ ਆ ਅੱਛਾ ਫੇਰ ਚੋਰੀ ਦੀ ਬਦਵਾ ਬਹੁਤ ਲੱਗਦੀ ਹੈ ਅੱਛਾ ਚੋਰੀ ਫੇਰ ਆ ਟਿੰਡਾ ਹੋ ਜਾਂਦੀ ਆ ਇੰਜ ਕਰਕੇ ਦਾਦੀ ਮੇਰੀ ਅੱਗੇ ਹੋਈ ਆ ਅੱਛਾ ਉਹਨੇ ਕਹਾ ਖਬਰਦਾਰ ਕਿਸੇ ਨੇ ਗਨ ਚਲਾਈ ਤੇ ਕਿਉਂਕਿ ਉਹਨਾਂ ਨੂੰ ਮੰਨ ਲਈ ਹੋਣੀ ਸਾਰੇ ਤੇ ਤੇਰੀ ਦਾਦੀ ਦੇ ਯਾਰ ਹੋਣੇ ਉਹ ਕੁਦਰਤ ਖੁਦਾ ਦੀ ਕਿ ਉੱਤੋਂ ਬਾਰਿਸ਼ ਹੋ ਗਈ ਦਾਦੀ ਮੇਰੀ ਨੇ ਉੱਥੇ ਕੀਤਾ ਬਾਰਿਸ਼ ਵਾਲਾ ਗਾਣਾ ਨੇੜੇ ਆ ਜ਼ਾਲਮਾਂ ਦੇ ਨਹੀਂ ਯਾਰ ਬਾਰਿਸ਼ ਵਾਲਾ ਗਾਣਾ ਕੀਤਾ ਅਰੇ ਨਰਕਸ ਤੇਰੀ ਦਾਦੀ ਜਿਨ੍ਹਾਂ ਨੇ ਮੇਰੇ ਦਾਦੇ ਨੂੰ ਗੋਲੀਆਂ ਮਾਰਨੀਆਂ ਸੀ ਉਹਨਾਂ ਨੇ 1000-1000 ਦੇ ਨੋਟ ਦਿੱਤੇ ਓਏ ਇਹਨਾਂ ਪੈਸੇ ਦੀ ਫਿਲਮ ਬਣਾਉਣੀ ਤੇ ਤੁਸੀਂ ਦਾਦੇ ਨੇ ਫਿਰ ਨਾਲ ਦਾਦੀ ਵੀ ਨਚਾਈ ਹੋਣੀ ਯਾਰ ਬੜੀ ਵੱਡੀ ਸਟੋਰੀ ਆ ਉੱਤੋਂ ਚੋਰੀ ਮੈਨੂੰ ਕੁੜੀਆਂ ਇੱਥੇ ਹੀ ਮਿਲ ਜਾਣੀਆਂ ਮਿਲ ਜਾਣੀਆਂ ਤਾਂ ਕਿੰਨੇ ਵਜੇ ਦਾ ਟਾਈਮ ਦੇਣੀ ਇਹਨਾਂ ਨੂੰ ਕੁੜੀਆਂ ਸਾਦਕਾਬਾਦ ਪਹੁੰਚ ਗਈਆਂ ਬਸ ਆਉਣ ਵਾਲੀਆਂ ਆੜੀਆਂ ਸਾਦਕਾਬਾਦ ਆਹੋ ਬਸ ਠੀਕ ਹੈ ਚਲੋ ਜੀ ਕੁੜੀਆਂ ਮਿਲ ਜਾਣਗੀਆਂ ਕੁੜੀਆਂ ਤੁਸੀਂ ਅੰਦਰ ਜਾ ਕੇ ਚਾਹ ਸ਼ਾ ਪੀਓ ਕਿਸੇ ਨੂੰ ਪੈਸੇ ਦਿਓ ਮੰਗਾ ਦੇਵੇ ਤੁਹਾਨੂੰ ਤੇ ਜਿਹਦੀ ਦੇਰ ਕੁੜੀਆਂ ਨਹੀਂ ਆਉਂਦੀਆਂ ਉਹਨਾਂ ਦੀ ਮਾਂ ਨੂੰ ਬੁਲਾ ਲਓ ਗੱਪ ਸ਼ਪ ਤੇ ਕਰੀਏ ਮਸਲ ਮਾਂ ਇੱਧਰ ਮੈਂ ਮੇਰੀ ਮਾਸੀ ਅੰਦਰ ਇਹਦੀ ਲਾਸ਼ ਲੈ ਜਾਣਾ ਥੋੜੀ ਦੇਰ ਬਾਅਦ ਮੈਂ ਕਿਹਾ ਸਾਡੇ ਲਈ ਕੀ ਆਰਡਰ ਹੈ ਤੁਹਾਡੀ ਬੜੀ ਮਿਹਰਬਾਨੀ ਤੁਸੀਂ ਮੈਨੂੰ ਇੱਥੋਂ ਤੱਕ ਛੱਡ ਕੇ ਆਏ ਹੋ ਹੁਣ ਉੱਥੋਂ ਤੱਕ ਮੈਂ ਨਹੀਂ ਛੱਡਣ ਜਾਣਾ ਆਪੇ ਜਾਓ ਜਾਓ ਲੋ ਚੋਈ ਸਾਹਿਬ ਤੁਸੀਂ ਅੰਦਰ ਆਰਾਮ ਕਰੋ ਆ ਰੋਵੇ ਅਸੀਂ ਇਹਨਾਂ ਨੇ ਇੰਟਰਨੈਟ ਜੇ ਦਾ ਕਬਾੜੀਆ ਆ ਨਾ ਮੇਰਾ ਤੇ ਮੈਂ ਜਿੱਥੋਂ ਲੰਘ ਜਾ ਆ ਦੁਸ਼ਮਣ ਕੰਬਲ ਲੱਗ ਪੈਂਦਾ ਉਹ ਭਾਈ ਬਰਫ ਵੇਚਦੇ ਜੇ ਓਏ ਮੈਂ ਮੁੱਠ ਬੰਦ ਕਰਾਂ ਤੇ ਸਾਰਾ ਲਾਹੌਰ ਮੇਰੀ ਮੁੱਠ ਚ ਆ ਜਾ ਪਹਿਲਵਾਨ ਮੁੱਠ ਛੱਡ ਦੇ ਐਵੇਂ ਨਸਾਂ ਖਿੱਚੀਆਂ ਜਾਣਗੀਆਂ ਫਾਇਦਾ ਕੋਈ ਨਹੀਂ ਐਡੀ ਜ਼ੋਰ ਕੀ ਤੂੰ ਓਏ ਮੈਂ ਨੇਰ ਪਾ ਦਿਆਂਗਾ ਮੈਂ ਫੇਰ ਪਾ ਦਿਆਂਗਾ ਮੈਂ ਹਨੇਰ ਨੂੰ ਫੇਰ ਹਨੇਰ ਪਾ ਦਿਆਂਗਾ ਬਾਰ ਬਾਰ ਹਨੇਰ ਪਾ ਦਿਆਂਗਾ ਓਏ ਮੇਰਾ ਨਾਂ ਜੇਦਾ ਕਬਾੜੀਆ ਹੀ ਅਸੀਂ ਪੁੱਛਿਆ ਤੈਨੂੰ ਓਏ ਮੈਂ ਦੁਸ਼ਮਣਦਾਰ ਲੱਗਦਾ ਓਏ ਬਕਵਾਸ ਬੰਦ ਕਰ ਕਿਉਂ ਦੁਸ਼ਮਣਦਾਰ ਕਿਉਂ ਲੱਗਦਾ ਕਿਸੇ ਨੇ ਕਬਾੜੀ ਮਾਰੀ ਓਏ ਮੈਂ ਸ਼ੇਰ ਓਏ ਇੱਕ ਵਾਰੀ ਨਹੀਂ ਬੱਜੀ ਆਈ ਤਬਦੀਲੀ ਆਣੀ ਰਹੀ ਆ ਗਈ ਹੈ ਓਏ ਸਹੀ ਦੱਸੋ ਕਿਹੜੀ ਚੀਜ਼ ਨੂੰ ਤਰਸੇ ਅਸੀਂ ਤੁਹਾਡੀਆਂ ਪਿੰਨੀਆਂ ਚੈੱਕ ਕਰ ਰਹੇ ਸਾਂ ਕੋਈ ਫੈਰਿੰਗ ਸ਼ੈਰਿੰਗ ਹੋਈ ਇਹ ਕੋਈ ਖਾਧੀ ਇਹ ਕਲੀਅਰ ਕੰਮ ਸੀ ਤੁਸੀਂ ਸਮਝ ਲਓ ਕੋਈ ਹੋਰ ਗੱਲ ਅੱਲਾ ਮਾਫ ਕਰੇ ਇਸਤਗਫਾਰ ਤੁਸੀਂ ਮੈਨੂੰ ਤਾਰਫ ਕਰਾ ਦਿੱਤਾ ਤੁਸੀਂ ਮੈਂ ਕਹਿੰਦਾ ਜੇਦਾ ਕਿਹੜਾ ਓਏ ਜੇਦਾ ਕਬਾੜੀਆ ਅੱਛਾ ਕਬੱਤੇ ਬਦਮਾਸ਼ ਹੋ ਓਏ ਬਦਮਾਸ਼ੀ ਓਏ ਮੈਂ ਸ਼ੇਰ ਮੇਰਾ ਪਿਓ ਬੱਬਰ ਸ਼ੇਰ ਮੇਰਾ ਦਾਦਾ ਚੀਤਾ ਓਏ ਅਸੀਂ ਸਾਰੀ ਫੈਮਿਲੀ ਕੁੱਤੀ ਨਸਲ ਦੀ
अपने दुश्मन तो पहले अपनी फिल्म बनानी है। असी कौन ते नाल होर कौन है? ओए मैं हीरो आवांगा। कौन नाल? सोनी जी हीरवन कुड़ी विखाओ। हां जी भाजी आओ। ਤੁਸੀਂ ਕਹਿੰਦੇ ਹੋ ਨਾ ਥੋੜਾ ਜਿਹਾ ਬਗੈਰ ਹੈ ਤੁਹਾਨੂੰ। ਇਹ ਤੇ ਹੁਣ ਅਸੀਂ ਸਿਰਫ ਕੁੜੀਆਂ ਦੇਣ ਵਾਸਤੇ ਰਹਿ ਗਏ ਆ। ਇਹ ਮੈਂ ਹੈ ਨਾ ਕੁੜੀ ਦਿਓ, ਕੁੜੀ ਦਿਓ। ਅਸੀਂ ਤਾਂ ਆਈਆਂ ਨਹੀਂ ਹਲੀ ਤੇ। ਉਹ ਯਾਰ ਨਹੀਂ ਨਹੀਂ ਐਡੇ ਵੀ ਬਗੈਰਤੀ ਨਾ ਕੋ ਕਰੋ। ਐਡਾ ਕੁੜ ਕੀ ਕਹਿੰਦਾ ਤੂੰ? ਹੈ ਓਏ ਕੁੜੀ ਵਾਹ, ਉਮਰ ਕਿੰਨੀ ਹੋਣੀ ਚਾਹੀਦੀ ਹੈ? ਓਏ ਯੰਗ, ਸਾਡੇ ਕੋਲ ਤਾਂ ਬੁੱਢੀਆਂ ਨੇ। ਚੱਲ ਤੇਰੇ ਕੋਲ ਯੰਗ ਨੇ, ਚੱਲ ਜੰਗਾ ਲਿਆ। ਓਏ ਜੰਗਾ, ਓਏ ਕੁੜੀ ਵਹਾਓ। ਓਏ ਨਹੀਂ ਤੇ ਨਹਿਰ ਪਾ ਦਿਆਂਗਾ ਜੇ। ਮੈਂ ਤੇਰੇ ਤੇ ਸਰੋਂ ਦਾ ਤੇਲ ਪਾ ਦਿਆਂਗਾ ਜੇ। ਲੋਹਾਂ ਜੀ ਅੱਜ ਨਾ ਹੀ ਨਹੀਂ ਦੱਸਿਆ ਮੈਨੂੰ। ਚਲੋ ਕੋਈ ਗੱਲ ਨਹੀਂ। ਅੱਛਾ ਗੱਲ ਸੁਣੋ, ਕੁੜੀਆਂ ਸਾਦਕਾਬਾਦ ਪਹੁੰਚ ਗਈਆਂ? ਓਏ ਇੱਕ ਗੱਲ ਜ਼ਿਹਨ 'ਚ ਰੱਖੀ ਓਏ, ਮੇਰਾ ਨਾਂ ਚੇਤਾ ਕਬਾੜੀਆ ਹੀ। ਓਏ ਮਰ ਗਿਆ? ਓ ਮੈਂ ਮਰ ਗਿਆ ਓਏ। ਚੌਧਰੀ ਲੱਭ ਰਹੇ ਬੰਬ ਦੀ ਅਸੀਂ ਤੇਸੀ। ਲੇਕਿਨ ਤੁਸੀਂ ਫੇਰ ਕਿਸੇ ਵੇਲੇ ਆਉਣਾ। ਇਸ ਟਾਈਮ ਤਾਂ ਸਾਰੀਆਂ ਪਾਰਲਰ ਗਈਆਂ ਨੇ। ਦੋ ਦਿਨ ਦਾ ਟਾਈਮ ਹੈ ਤੁਹਾਨੂੰ। ਦੋ ਦਿਨ ਦਾ? ਕੱਲ ਤੈਨੂੰ ਫਾਂਸੀ ਹੋਣੀ ਹੈ। ਤੂੰ ਕੱਲ ਆ, ਅੱਗੇ ਕਿਉਂ ਪਾ ਰਿਹਾ? ਓਏ ਤੈਨੂੰ ਜਿਹੜੀ ਗੱਲ ਕਹਿ ਰਿਹਾ ਫਿਰ ਤੇ ਪਾਣੀ ਦਾ ਭਾਈ। ਦੋ ਦਿਨ ਦਾ ਟਾਈਮ ਦੇਣ ਦੇ ਠੀਕ ਹੈ। ਤੁਸੀਂ ਦੋ ਦਿਨ ਬਾਅਦ ਆਏ ਨਾ, ਕੁੜੀ ਜਦੋਂ ਆਏ ਤੁਹਾਨੂੰ ਫੋਨ ਕਰ ਦਿਆਂਗੇ। ਹਾਂ ਠੀਕ ਹੈ। ਓਏ ਕੁੜੀ ਲਿਆਣਾ ਓਏ, ਨਹੀਂ ਤੇ ਚੇਤਾ ਕਵਾਲੀਆ ਨਾ ਜੇ ਮੇਰਾ ਫੇਰ। ਓਏ ਫੇਰ ਗੋਲੀਆਂ ਈ? ਓ ਗੰਜੇ ਨੂੰ ਗੋਲੀ ਮਾਰਾਂਗਾ, ਤਿਲਕ ਕੇ ਤੈਨੂੰ ਵਜੇ ਤਾਰ ਫੜੇ ਮੂੰਹ ਹੋਈ ਆ ਤੇਰਾ। ਇਸ ਕੁੜੀ ਨੂੰ ਇੰਜ ਪੈ ਜਾਓ ਜਿਵੇਂ ਨੂਨ ਲੀਗ ਦੇ ਪਿੱਛੇ ਨੈਬ ਵਾਲੇ ਪਏ ਨੇ। ਕੀ ਮਤਲਬ ਇੰਜ ਪੈ ਜਾਓ? ਤੁਸੀਂ ਕੌਣ? ਤੜਪਦਾ ਬਦਨ, ਇਹਨੂੰ ਕੋਈ ਬਿਮਾਰੀ ਜੇ? ਸਹੀ ਕਹਿ ਰਹੇ ਸੱਚੀ ਮੁੱਚੀ ਬਾਕੀ ਲੱਗਦੀ। ਤੂੰ ਕੌਣ ਹੈ? ਬੜਾ 3 ਪੀਸ ਪਾ ਕੇ ਖਲੋਤਾ ਹੈ, ਮਰਾਸੀਆ ਕਿਸੇ ਦਾ ਮੰਗ ਕੇ ਤੇ ਨਹੀਂ ਲਿਆਂਦਾ। ਮੈਂ ਚੀਫ ਜਸਟਿਸ ਹਾਂ, ਬੰਨਾ ਚਾਹਤਾ ਹੂੰ। ਅੱਛਾ, ਇਹ ਕਹਿ ਕੇ ਬੰਨਾ ਚਾਹਨਾ ਹੈ? ਹਾਂ ਜੀ। ਗੁੜੀ ਸੋਣੀ ਜੇ ਤੁਸੀਂ ਹੱਥਾਂ ਨਾ ਜਾਵੇ। ਨਹੀਂ ਜਾਂਦੀ ਨੂੰ ਹਿਰਮਨ ਦਾ ਪੁੱਛ ਦੇ ਨਾ। ਇਹ ਉੱਥੇ ਜਾ ਕੇ ਸੇਲੀਆ ਨੂੰ ਨਾ ਦੱਸਿਆ ਕਿ ਮੈਂ ਉੱਥੋਂ ਸੁੱਕੀ ਆ ਗਈ ਆ। ਦੇਖੋ ਤੁਸੀਂ, ਜੇ ਤੁਹਾਨੂੰ ਫਿਲਮ ਮਿਲਣ ਨਹੀਂ ਲੱਗੀ ਨਾ ਤੇ ਹੀਰੋ ਮੈਂ ਆਣਾ ਜੇ। ਕੌਣ? ਮੈਂ ਹੀਰੋ ਆਵਾਂਗਾ। ਫਿਲਮ ਕੀ ਕਬਰਸਤਾਨ ਚੱਲਣੀ ਹੈ? ਤੈਨੂੰ ਨੀ ਪਤਾ ਜਦੋਂ ਵਿਗ ਲਾ ਲੈਣੀ ਤੈਨੂੰ ਇਹ ਹੀ ਏਡਾ ਸੋਹਣਾ ਹੀਰੋ ਲੱਗਣਾ। ਮੈਂ ਤੁਹਾਨੂੰ ਦੱਸ ਰਿਹਾ ਜੀ, ਤੁਹਾਨੂੰ ਕੀ ਕਰ ਰਿਹਾ? ਹਾਂਜੀ ਕੀ ਕਰ ਰਿਹਾ? ਕਿੰਨੇ ਦੇਣਾ? ਤੂੰ ਦੇਣਾ? ਮੈਂ ਕਿੱਥੋਂ ਦੇਣਾ?
ਮੈਨੂੰ ਪੁੱਛਦਾ ਲਾਭ ਯਾਰ ਕਿੰਨਾ ਦੇਣਾ ਛੱਡ ਦਿਓ ਯਾਰ ਕਰੋੜ ਦੀ ਕਿਹੜੀ ਤੁਸੀਂ ਕਿੰਨੇ ਕਹਿੰਦੇ ਹੋ ਮੈਨੂੰ 4 ਕਰੋੜ ਚਾਹੀਦਾ 4 ਮਿਲ ਜਾਏਗਾ ਛੱਡੋ ਤੁਸੀਂ 4 ਕਰੋੜ ਕਿੰਨਾ ਹੁੰਦਾ ਹੈ ਇੰਨਾ ਹੁੰਦਾ ਮੇਰਾ ਕਿਹਾ ਕਿੰਨਾ ਹੁੰਦਾ 4 ਕਰੋੜ ਬਹੁਤ ਪੈਸੇ ਹੁੰਦੇ ਆ ਇਹੋ ਜਿਹਾ ਮੈਂ ਪੁੱਛਣਿਆ ਕਿੰਨਾ ਹੁੰਦਾ ਹੈ ਯਾਰ ਇੱਕ ਮਿੰਟ 4 ਕਰੋੜ 4 ਕਰੋੜ ਤੁਸੀਂ ਦੇ ਦੋਗੇ ਨਹੀਂ ਮੈਂ ਤੇ 200 ਹੱਥੋਂ ਲਵਾਂਗਾ ਆ ਤੂੰ ਤਾਂ ਨਾਲੀ ਨੂਲੀ ਕੱਢਣੀ ਹੁੰਦੀ ਅੱਛਾ ਗੱਲ ਸੁਣ ਤੇਰਾ ਵਿਆਹ ਹੋਇਆ ਨਹੀਂ ਮੈਂ ਵਿਆਹ ਨਹੀਂ ਕਰ ਸਕਦਾ ਕਿਉਂ ਮੈਂ ਡੈਮ ਵਾਸਤੇ ਪਾਣੀ ਜਮ੍ਹਾਂ ਕਰਨ ਡਿਆ ਯਾਰ ਤੇਰੇ ਕੋਲ ਪਾਣੀ ਇਕੱਠਾ ਕਰਨ ਵਾਸਤੇ ਕੋਈ ਜਗ੍ਹਾ ਹੈ ਤਾਂ ਮੇਰਾ ਵੀ ਰੱਖ ਲੈ ਯਾਰ ਯਾਰ ਦੇਖੋ ਮੇਰੀ ਗੱਲ ਸੁਣੋ ਤੁਸੀਂ ਇਸ ਤਰ੍ਹਾਂ ਕਰੋ ਪਹਿਲਾਂ ਤਾਂ ਟਰਾਈ ਲੈਂਦੇ ਹੋ ਅੱਛਾ ਤੁਸੀਂ ਕਹਿੰਦੇ ਤਾਂ ਫਿਰ ਗਾਰ ਜੇ ਠੀਕ ਹੈ ਨਾ ਇਧਰ ਆਓ ਜੀ ਤੁਸੀਂ ਅਗਰ ਲੈਟ ਮੈਂ ਮੈਂ ਜੀ ਜੀ ਤੁਸੀਂ ਪ੍ਰੋਡਿਊਸਰ ਭਾਈ ਜਾਨ ਇਧਰ ਆ ਤੂੰ ਜੀ ਲੋ ਪਹਿਲੇ ਇਹ ਦੱਸ ਕਿ ਟਰਾਈ ਕਿਹੜੇ ਸਟੈਪ ਦੀ ਲਏਗਾ ਹਰ ਸਟੈਪ ਦੀ ਲੈਣੇ ਤੈਨੂੰ ਦੱਸਦੇ ਆ ਓਏ ਲੱਟਾ ਬਾਲ ਓਏ ਓਏ ਇਧਰ ਟੂਪ ਦਾ ਸਿਰ ਆਇਆ ਲੱਟਾ ਬਾਲ ਪ੍ਰੋਡਿਊਸਰ ਦੀ ਮੰਨਣੀ ਹੈ ਲੈਟਾਂ ਬਾਲਣੀਆਂ ਨੇ ਨਾਲ ਦਾ ਉਹ ਨਾਲ ਦਾ ਘਰ ਉਹਨਾਂ ਦੀ ਬਾਲਾਂ ਦਾ ਘਰ ਇਧਰ ਆ ਠੀਕ ਹੈ ਜੀ ਤੁਸੀਂ ਆਏ ਬੱਚੀ ਖਲੋਤੀ ਹਿਰਵਨ ਇਹ ਕੌਣ ਹੈ ਇਹ ਹੀਰੋ ਹੈ ਇਹ ਹੀਰੋ ਹੈ ਇਹ ਹੀਰੋ ਹਾਂਜੀ ਮੈਂ ਇੱਕ ਟਕਾ ਨਹੀਂ ਲਾਉਣਾ ਤੁਹਾਨੂੰ ਮੈਂ ਦੱਸ ਰਿਹਾ ਹਾਂ ਜਿੰਜ ਦਾ ਪ੍ਰੋਡਿਊਸਰ ਹੋ ਜਦਾ ਹੀਰੋ ਹੀਰੋ ਹੈ ਇਹ ਹੀਰੋ ਹੈ ਇਹਨੂੰ ਆ ਫੜ ਪੈਸੇ ਸਾਬਣ ਦੇ ਪਹਿਲੇ ਨਾ ਕੇ ਆ ਚੱਲ ਉੱਠ ਯਾਰ ਸੀਨ ਹੀ ਐਸਾ ਹੈਗਾ ਤੂੰ ਨਾ ਲਣਗੇ ਇਧਰ ਆ ਹੈਲੋ ਉਹ ਪ੍ਰੋਡਿਊਸਰ ਆ ਵੀ ਜਾਣਾ ਤੂੰ ਜਦੋਂ ਮੈਂ ਤੈਨੂੰ ਕਹਾਂਗਾ ਐਕਸ਼ਨ ਆ ਜਾਣਾ ਮੇਰੇ ਕੋਲ ਤੇ ਪੁੱਛੋ ਕਿ ਮੈਨੂੰ ਹੀਰੋ ਪਸੰਦ ਵੀ ਹੈ ਕਿ ਨਹੀਂ ਉਹ ਪੈਸੇ ਦੇਣੇ ਬਸ ਤੈਨੂੰ ਕਾਦੀ ਪ੍ਰੋਬਲਮ ਹੈ ਲੈ ਇਹ ਹੀਰੋ ਇਹਨੂੰ ਹੀਰੋ ਰੱਖ ਰਿਹਾ ਜਿਹਨੂੰ ਕਾਜ ਕੋਈ ਨਹੀਂ ਵੜਨ ਦਿੰਦਾ ਉਹ ਕੁੜੀਆਂ ਤੂੰ ਮੂੰਹ ਤੇ ਕਪੜਾ ਪਾ ਲਈ ਮੇਰੇ ਤੂੰ ਸਾਈਕਲ ਚੋਰ ਇਹੋ ਜੇ ਇਹਨੂੰ ਤੇ ਦਫ਼ਤਰ ਚ ਕੋਈ ਨਹੀਂ ਰੱਖਦਾ ਤੁਸੀਂ ਇਹਨੂੰ ਹੀਰੋ ਰੱਖ ਰਹੇ ਹੋ ਮੇਰੀ ਜਾਨ ਮੈਂ ਨਹੀਂ ਲੈਂਦਾ ਕੋਈ ਵੀ ਤੈਨੂੰ ਪੁੱਛੇਗੀ ਨਾ ਕਿ ਪਿੰਡ ਕੋਟ ਕਿਉਂ ਪਾਇਆ ਕਹੀਂ ਅੱਜ 5 ਦਸੰਬਰ ਸ਼ੁਰੂ ਕਰਾ ਮਾਟੀ ਲੈਟ 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 ਠੀਕ ਹੈ ਆ ਕੇ ਕਹਿਣਾ ਤੂੰ ਦੇ ਮੇਰਾ ਪੁੱਤਰ ਹੈ ਮੇਰਾ ਬੱਚਾ ਆ ਕਹਿਣਾ ਨਹੀਂ ਮਟਿਆਰੇ ਜੇ ਤੂੰ ਮੇਰੀ ਗੱਲ ਨਾ ਮੰਨੀ ਤਾਂ ਮੈਂ ਤੈਨੂੰ ਪਿੰਡੋ ਫੜ ਦੇਣਾ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਪਾਗਲ ਖਾਨ ਨੂੰ ਹੀਰੋ ਬਣ ਕੇ ਤੂੰ ਹੀਰੋ ਬਣ ਪਤਾ ਲੱਗਿਆ ਤੈਨੂੰ ਤੂੰ ਹੀਰੋ ਬਣ ਕੇ ਆ ਤੂੰ ਵੇਖ ਜਾ ਰਿਹਾ ਜਿਵੇਂ ਹਲਕਾ ਕੁੱਤਾ ਹੁੰਦਾ ਹੈ ਉਹ ਦੱਸ ਆ ਇਧਰ ਵੇ ਨਹੀਂ ਮਟਿਆ ਰੇ ਜੇ ਤੂੰ ਮੇਰੀ ਗੱਲ ਨਾ ਮੰਨੀ ਮੈਂ ਤੈਨੂੰ ਪਿੰਡੋ ਕਰ ਦੇਗਾ ਲਾਈਟ ਇੱਕ ਮਿੰਟ ਲੈਟ ਵੀ ਬਲਣ ਡਈ ਅੱਛਾ ਹੀਰੋ ਹੀ ਸੜਿਆ ਚਪਕਾ ਚੱਲ ਐਕਸ਼ਨ ਏ ਮੁਟਿਆਰੇ ਓ ਯਾਰ ਕੀ ਕਰ ਰਿਹਾ ਆ ਤੂੰ ਕਿਤੇ ਕੰਮ ਤੇ ਪਲੀਤ ਤੇ ਨਹੀਂ ਆਇਆ ਕੀ ਮਸਲਾ ਕੀ ਦੇਣਾ ਤੇਰੇ ਕੋਲ ਸਹੀ ਕਿਉਂ ਨਹੀਂ ਹੋ ਰਿਹਾ ਐਵੇ ਮੇਰੇ ਲਵੇ ਐਵੇ ਐਕਸਪ੍ਰੈਸ ਮੈਂ ਉਹ ਤਾਰ ਤੇ ਲੈ ਜਾਉਂ ਕੀ ਸਾਬਾ ਠੀਕ ਹੋ ਗਿਆ ਚੱਲ ਗਿਆ ਜੀ ਜੀ ਠੀਕ ਪੱਖਾ ਚ ਐਕਸ਼ਨ ਤੂੰ ਜਾਂਦਾ ਤਾਰਾਂ ਨੂੰ ਹੱਥ ਨਾ ਲਾ ਤੈਨੂੰ ਕਰੰਟ ਪਿਆ ਤੇ ਤੇਰੀ ਟਿੰਡ ਸੜ ਗਈ ਸੀ ਜੀ ਚੱਲ ਚੱਲ ਐਕਸ਼ਨ ਨਹੀਂ ਮੁਟਿਆਰੇ ਮੁਟਿਆਰੇ ਉੱਥੇ ਜਾ ਕੇ ਆਇਆ ਮੈਂ ਮੁਟਿਆਰਾਂ ਉੱਥੇ ਕਹਿ ਜਾ ਨਹੀਂ ਮੁਟਿਆਰੇ ਓਏ ਮੁਟਿਆਰੇ ਉਹ ਕਿਸੇ ਨਹੀਂ ਥੱਲੇ ਤਾਰੇ ਇੰਨਾ ਹੋਇਆ ਭਾਈ ਉੱਪਰਲਾ ਸੀਨ ਚੱਲ ਰਿਹਾ ਯਾਰ ਉਹ ਤਾਰੇ ਕਿਹੜੀ ਤੇਰੀ ਭੈਣ ਹੈ ਜਿਹੜੀ ਛਿੱਲੀ ਚੱਲੀ ਗਈ ਐਕਸ਼ਨ ਇਹ ਮੁਟਿਆਰੇ ਜੇ ਤੂੰ ਮੇਰੀ ਗੱਲ ਨਾ ਮੰਨੀ ਤੇ ਮੈਂ ਤੈਨੂੰ ਪਿੰਡੋ ਕੱਢ ਦੇਵਾਂਗਾ ਤੇ ਨਾਲੀਆਂ ਤੇਰਾ ਪਿਓ ਕੱਢੇਗਾ ਪਿੰਡੋ ਕੱਢ ਦੇ ਤੈਨੂੰ ਕਰਨੇ ਆਓ ਦੂਸਰ ਸਾਹ ਤੁਸੀਂ ਆਓ ਮੈਨੂੰ ਫਿਲਮ ਵਿੱਚ ਰੱਖ ਰਹੇ ਹੋ ਆ ਤੁਸੀਂ ਯਾਰ ਮੈਂ ਤਾਂ ਕਹਿੰਦਾ ਮੇਰੇ ਕੋਲ ਨਾ ਕੁੜੀ ਚੁਕਾਉਣ ਵਾਲਾ ਸੀਨ ਕਰੋ ਆਏ ਹੋਏ ਮਜ਼ਾ ਆ ਜਾਏਗਾ ਸਰ ਸਾਹਿਬ ਹੁਣ ਤੁਹਾਡੇ ਪੈਸੇ ਤੁਹਾਨੂੰ ਕਹਿ ਵੀ ਨਹੀਂ ਸਕਦੇ ਸ਼ੂਟਿੰਗ ਦੇ ਬਾਅਦ ਚੁੱਕ ਕੇ ਲੈ ਜਾਣਾ ਨਹੀਂ ਨਹੀਂ ਸੀਨ ਦੇ ਵਿੱਚ ਆ ਠੀਕ ਹੈ ਮੁੰਡਿਆ ਤੂੰ ਕੁੜੀ ਚੁੱਕ ਕੇ ਮੇਰੇ ਡੇਰੇ ਤੇ ਲੈ ਆ ਉਹ ਚੱਲ ਡੇਰਾ ਡੇਰਾ ਇਹ ਤਾਂ ਡੇਰਾ ਹੈ ਅਰੂੜੀ ਤੇ ਅਰੂੜੀ ਤੇ ਇਧਰ ਆ ਆ ਕੇ ਕਹਿਣਾ ਡਾਕਟਰ ਸਾਹਿਬ ਹੈ ਤੇ ਲੈਟ ਲੈਟ ਤਬਾਹ ਕਰ ਲਈ ਹੁਣ ਇਹਨੂੰ ਇਸ ਤਬਾਹ ਤੇਰੀ ਵਾਰੀ ਹੈ ਹਲਾ ਜੀ ਆ ਕਹਿਣਾ ਇਧਰ ਆ ਹੀਰੋ ਹੈ ਹਾਂ ਹੈ ਹੀਰੋ ਉਹ ਹੀਰੋ ਫੇਲ ਹੋ ਗਿਆ ਇਹ ਹਾਂਜੀ ਓਏ ਕਾਲਾ ਸ਼ਾਹ ਤੈਨੂੰ ਐ ਆਮਰ ਖਾਨ ਲੱਭ ਰਿਹਾ ਹੈ ਹਾਂ ਪੈ ਚ ਮਰੇ ਜਾ ਪਹਿਲੇ ਨਾ ਕੇ ਆ ਮੈਂ ਦੋ ਵਾਰੀ ਨਾਤਾ ਫਰਕ ਹੀ ਨਹੀਂ ਪੈ ਰਿਹਾ ਮੈਂ ਕੀ ਕਰਾਂ ਹੁਣ ਚੱਲ ਹੁਣ ਮੈਨੂੰ ਮੈਂ ਦੋ ਵਾਰੀ ਨਾਤਾ ਤੇਰੇ ਸਾਹਮਣੇ ਸਰ ਜੀ ਡਾਇਰੈਕਟਰ ਦੀ ਆ ਵੇਖੋ ਆ ਕੇ ਕਹਿਣਾ ਤੁਸੀਂ ਆਸੀਆ ਮੈਂ ਤੇਰੇ ਨਾਲ ਪਿਆਰ ਕਰਦਾ ਆ ਜੀਵੇਂ ਪਿਓ ਹੈ ਤੂੰ ਮੇਰੀ ਜ਼ਿੰਦਗੀ ਹੈ ਓਏ ਮੈਂ ਤੇਰੇ ਸਦਕੇ ਜਾਵਾਂ ਤੂੰ ਮੇਰੀ ਮੁਹੱਬਤ ਹੈ ਆਸੀਆ ਓਏ ਕੀ ਬਾਤ ਹੈ ਓਏ ਇੰਜ ਨਹੀਂ ਕਰਨਾ ਠੀਕ ਤੇਰੇ ਜ਼ਿਹਨ ਚ ਹੈਗਾ ਕਿ ਇੰਜ ਨਹੀਂ ਕਰਨਾ ਲੈ ਕਰਨਾ ਹੈ ਅੱਛਾ ਇਸ ਤੋਂ ਇਲਾਵਾ ਤੂੰ ਥੋੜਾ ਜਿਹਾ ਮੈਂ ਅੱਗੇ ਵੱਧ ਜਾਵਾਂ ਤਾਂ ਮਿਸਟੇਕ ਤਾਂ ਨਹੀਂ ਹੋਏਗੀ ਨੋ 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 ਤੈਨੂੰ ਪਤਾ ਹੀ ਆ ਭਾਈ ਹਾਂ ਨਹੀਂ ਠੀਕ ਇਧਰ ਆ ਕੇ ਮੈਂ ਤੈਨੂੰ ਦੱਸਣਾ ਪੂਰਾ ਇਹ ਆ ਕੇ ਬਾ ਮੈਨੂੰ ਸਮਝ ਆ ਗਈ ਸਰਾ ਸਮਝ ਆ ਗਈ
ਤੂੰ ਜਿਹੜਾ ਵਿੱਚੋਂ ਠਰਕੌਲ ਪਾਣੀ ਕਰ ਰਿਹਾ ਮੈਨੂੰ ਪਤਾ ਹੈ। ਚੱਲ ਐਕਸ਼ਨ। ਓ ਯਾਰ ਉਹਨੂੰ ਸਿੱਧਾ ਕਹੋ ਚਾਰ ਬੰਦੇ ਆ। ਅਗਰ ਉਹਨੂੰ ਅਸੀਂ ਸਿੱਧਾ ਕਹਿਤਾ ਨਾ ਚਾਰ ਬੰਦੇ ਆ, ਉਹਨੇ 16 ਲੈ ਆਣੇ ਆ। ਚਾਰ ਬੰਦੇ ਆ ਜੀ, ਤਿੰਨ ਚੌਧਰੀ ਨੇ, ਵਿੱਚ ਇੱਕ ਮੁਸੱਲੀ ਹੈ ਬਗੈਰ ਯਾਰ। ਲੱਗਦਾ ਹੈ ਤੇਰੀ ਬਾਜੀ ਦੀ ਰਿਕੁਆਇਰਮੈਂਟ ਹੈ ਕਿ ਚਾਰ ਹੋਣੇ ਬਹੁਤ ਜ਼ਰੂਰੀ ਨੇ। ਮੈਂ ਤਾਂ ਕੁਝ ਨਹੀਂ ਕਿਹਾ। ਆ ਜਨਾਜ਼ਾ ਚੁੱਕਣਾ ਇੱਥੇ ਫਿਲਮ ਨਹੀਂ ਆ। ਚਲੋ ਯਾਰ ਐਕਸ਼ਨ। ਚਲੋ ਐਕਸ਼ਨ। ਹਾਂ ਜੀ ਆਵੇ। ਆਸੀਆ। ਆ ਕਿਹੜੀ ਆਸੀਆ? ਤੂੰ ਆਸੀਆ ਰਹਿਣ ਤੇ ਮੇਰੀ ਭੈਣ ਦਾ ਨਾਮ ਯਾਰ, ਕੋਈ ਹੋਰ ਰੱਖੋ। ਚਲ ਠੀਕ ਹੈ ਯਾਰ, ਉਧਰ ਉਧਰ ਚੱਲ, ਉਧਰ ਉਧਰ ਇੱਕ ਨੂੰ ਕਰ। ਚਲੋ ਐਕਸ਼ਨ ਯਾਰ। ਆਸੀਆ ਕਾਰਡ ਵਿੱਚੋਂ ਯਾਰ, ਤੂੰ ਜਿਹੜੀ ਮਰਜ਼ੀ ਰੱਖ ਲਾ ਯਾਰ, ਨਾਮ ਬਦਲ ਲਓ ਫਿਰ ਮੂੜੀ ਨਹੀਂ ਬਣਨਾ ਤੇ ਸ਼ੂਟਿੰਗ। ਤੂੰ ਆਪਣੀ ਮਰਜ਼ੀ ਨਾਲ ਕਰ ਜੋ ਨਹੀਂ ਆਪਣੀ ਮਰਜ਼ੀ। ਬਲਕੀਸ ਬਲਕੀਸ ਠੀਕ ਹੈ, ਕੰਜਰਾ ਮੇਰੀ ਭੈਣ ਦਾ ਨਾਮ। ਚੱਲ ਮੈਂ ਤੇਰੀ ਭੈਣ ਨਾਲ ਹੀਰੋ ਆ ਸਕਦਾ, ਤੂੰ ਮੇਰੀ ਨਾ ਆ ਸਕਦਾ ਯਾਰ। ਜਾਸੋ ਜਾਸੋ ਯਾਰ, ਕੁੜੀ ਦੇਤੀ ਤੇ ਫਿਲਮ ਕਰ ਲਓ ਹੁਣ ਭੈਣਾਂ ਪਾਲੀਆਂ ਵਿੱਚ ਤੁਸੀਂ। ਆ ਯਾਰ ਤੁਸੀਂ ਇਹਨੂੰ ਸਿੱਧਾ ਹੁਸਨਾ ਕਹੋ, ਮੇਰੀ ਭੈਣ ਹੈ। ਓਕੇ ਐਕਸ਼ਨ। ਡਾਇਰੈਕਟਰ ਆਸੀਆ ਫਿਲਮ, ਤੂੰ ਮੇਰੀ ਜ਼ਿੰਦਗੀ ਹੈ, ਤੂੰ ਮੇਰੀ ਮੁਹੱਬਤ ਹੈ। ਬਸ ਠੀਕ ਹੈ, ਅਗਰ ਮੈਨੂੰ ਤੂੰ ਨਾ ਮਿਲੀ ਤੇ ਮੈਂ ਮਰ ਜਾਂਗਾ। ਅਸੀਆ ਪੈਕਅਪ ਪੈਕਅਪ, ਕੱਲ ਹੋਏਗੀ ਕੱਲ ਹੋਏਗੀ। ਚਲੋ ਐਕਸ਼ਨ। ਆਸੀਆ ਐ ਮਰਾਸੀਆ, ਦਫਾ ਦਫਾ ਦਫਾ। ਚੱਲ ਆ ਤੂੰ, ਆ ਵੀ ਤੂੰ ਲਵ ਕਰਨ ਜਾ ਰਹੇ ਹੋ ਜਾਂ ਬਾਲ ਕਰਾਉਣ ਜਾ ਰਹੇ ਹੈ? ਉਹ ਤੂੰ ਫਲਾਪ ਹੋ ਗਿਆ ਪਿੱਛੇ। ਆਪ ਕਿਤਨੀ ਪਿਆਰੀ ਆ ਆਸੀਆ, ਤੇਰੀ ਮਿਹਰਬਾਨੀ ਫਿਲਮ ਚ ਮੈਨੂੰ ਰਿਜੈਕਟ ਨਾ ਕਰੀ ਆਸੀਆ, ਮਿਹਰਬਾਨੀ ਆਸੀਆ। ਆਪਣਾ ਡਾਇਰੈਕਟਰ ਸਾਹਿਬ, ਡਾਇਰੈਕਟਰ ਬਹੁਤ ਹੋ ਗਿਆ, ਇਹ ਸਾਨੂੰ ਕਿਉਂ ਨਹੀਂ ਦੱਸਿਆ? ਅਸੀਂ ਟੁੰਡੇ ਆ, ਸਾਨੂੰ ਕਿਉਂ ਨਹੀਂ ਦੱਸਿਆ? ਵੈਰੀ ਗੁੱਡ, ਬਹੁਤ ਡਨ ਹੋ ਗਿਆ। ਤੁਸੀਂ ਤਿਆਰੀ ਕਰੋ ਜ਼ਿੰਦਗੀ ਦੀ, ਬਹੁਤ ਪੈਸਾ ਕਮਾਏਗੀ, ਬਹੁਤ ਪੈਸਾ ਕਮਾਏਗੀ। ਅੱਛਾ ਜੀ, ਤੁਹਾਨੂੰ ਅਸੀਂ ਫਿਲਮ ਦੇ ਵਿੱਚ ਰੱਖਣ ਲੱਗੇ ਆ ਜੀ, ਤੁਸੀਂ ਹੀਰ ਬਣੋ। ਅੱਛਾ, ਪਹਿਲੇ ਇਹ ਦੱਸੋ ਮੈਨੂੰ ਨਚਾਇਆ ਕਿਉਂ ਹੈ? ਵੈਸੇ ਜੀ ਕੰਪਨੀ ਦੀ ਮਸ਼ਹੂਰੀ ਵਾਸਤੇ, ਤੁਸੀਂ ਦੱਸੋ ਨਾ। ਤੁਹਾਨੂੰ ਪਤਾ ਕਿ ਕੰਜਰੋਂ ਮੈਂ ਕੌਣ ਆ? ਤੁਹਾਨੂੰ ਮੈਂ ਨੱਚਣ ਵਾਲੀ ਨਜ਼ਰ ਆ ਰਹੀ ਆ। ਹੋਰ ਕੌਣ ਹੈ ਤੂੰ? ਦੱਸਾ ਫਿਰ ਮੈਂ ਕੌਣ ਆ? ਦੱਸ ਤੂੰ ਕੌਣ ਹੈ? ਧਿਆਨ ਨਾਲ ਮੇਰੀ ਅੱਖਾਂ 'ਚ ਵੇਖ, ਤੁਹਾਨੂੰ ਕੀ ਨਜ਼ਰ ਆ ਰਿਹਾ? ਜੋ ਵੀ ਬਗੈਰਤੀ ਨਜ਼ਰ ਆ ਰਹੀ, ਦੱਸ ਕੌਣ ਆ ਤੂੰ? ਭੈਣ ਦੱਸ ਤਾਂ ਸਹੀ, ਬੋਤਲ ਪੀਣੀ ਕਿ ਚਾਹ ਲੈ ਕੇ ਆਵਾਂ? ਅਸੀਂ ਨਹੀਂ ਰਹੀ ਸ਼ਕਲਾਂ ਹੋਰ ਹੁੰਦੀਆਂ ਜਿਹੜੇ ਰਾਤ ਰਾਹੇ ਜਾ ਦਫਾ ਜਾ।
ਆਜੀ ਉਹਨਾਂ ਦੀਆਂ ਟਿੰਡਾਂ ਹੋਈਆਂ ਹੁੰਦੀਆਂ, ਮਸੀਤੂ ਪੱਖੇ ਲਾਏ ਹੁੰਦੇ ਨੇ ਉਹਨਾਂ ਨੇ। ਮੇਰਾ ਭਰਾ ਇੱਥੇ ਤੁਹਾਡੇ ਕੋਲ ਕੁੜੀ ਲੈਣ ਆਇਆ ਸੀ, ਕੁੜੀ ਲੱਭੀ ਜੀ ਉਹਦੇ ਵਾਸਤੇ? ਅਸੀਂ ਕੁੜੀ ਲੈ ਕੇ ਆਉਂਦੇ ਜੀ, ਤਾਂ ਸਾਨੂੰ ਮਾਫ ਕਰ ਦਿਓ ਬਸ। ਚਲੋ ਠੀਕ ਹੈ, ਕੁੜੀ ਲੈ ਕੇ ਆਓ ਤੇ ਮੇਰਾ ਬਦਲਾ ਉਹੀ ਤੁਹਾਡੇ ਕੋਲ ਹੋਏਗਾ। ਯਾਰ ਉਹ ਕੁੜੀਆਂ ਕਿੱਥੋਂ ਲਿਆਉਣੀਆਂ? ਓਏ ਗੱਲ ਸੁਣੋ, ਘਬਰਾਉਣਾ, ਇਹ ਦੋ ਮੁੰਡੇ ਮੇਰੇ ਨਾਲ ਭੇਜ ਦਿਓ, ਕੁੜੀਆਂ ਮੈਂ ਲੈ ਕੇ ਆਉਂਦਾ। ਠੀਕ ਹੈ, ਮਿਲ ਜਾਣੀ ਆ ਲੈ ਕੇ ਆਉਂਦੇ ਆ ਕੁੜੀਆਂ ਦੇ, ਕੁੜੀਆਂ ਲੈ ਆਉਂਦੇ ਆ, ਕੁੜੀਆਂ ਆ ਜਾਣਗੀਆਂ। ਵੀ ਕਿੱਥੇ ਬਟਾਉਣ ਦੇ ਨੇ ਬਈ, ਲਾ ਮਾਫੀ ਦੇ, ਕਿੱਡੀ ਸੋਹਣੀ ਕੁੜੀ ਤੇ ਲਕਵਾ ਹੋਇਆ ਇਹ ਕੀ ਹੋਇਆ ਤੁਹਾਨੂੰ, ਇਹ ਕੀ ਕਰਨ ਦੇ ਹੋ? ਐਕਸ਼ਨ। ਅੱਛਾ ਇਹ ਐਕਸ਼ਨ ਨੇ, ਇਹ ਅੱਜ ਕੱਲ ਦਾ ਸਟਾਈਲ ਹੈ। ਅੱਛਾ ਅੱਜ ਕੱਲ ਦਾ ਸਟਾਈਲ ਮੈਨੂੰ ਪਤਾ ਹੀ ਨਹੀਂ, ਕਰਕੇ ਦਿਖਾਓ। ਤੁਹਾਨੂੰ ਤਾਂ ਸਟਾਈਲ ਕਰਨਾ ਵੀ ਨਹੀਂ ਆਤਾ ਇਡੀਅਟ। ਉਹ ਨਹੀਂ, ਮੇਰਾ ਸਟਾਈਲ ਦੀ ਉਹ ਲਹਿਰ ਨਹੀਂ ਵੱਜਦੀ ਜੋ ਤੁਹਾਡੀ ਵੱਜਦੀ। ਸਟਾਈਲ ਨਹੀਂ ਨਾ ਮੇਰੇ ਕੋਲ ਇੰਨਾ ਹੈਗਾ। ਕੌਣ ਹੈ ਤੂੰ? ਕੀ ਕੌਣ ਹੈ ਤੂੰ? ਮੇਰੇ ਘਰ 'ਚ ਬੈਠ ਕੇ ਮੈਨੂੰ ਹੀ ਪੁੱਛੀ ਜਾਣ ਦੇ? ਓ ਹੈਲੋ, ਫ੍ਰੀ ਨਹੀਂ ਹੋਣਾ ਮੇਰੇ ਸਾਥ? ਨਹੀਂ ਨਹੀਂ, ਤੁਹਾਡੇ ਨਾਲ ਮੈਂ ਫ੍ਰੀ ਨਹੀਂ ਹੋਣ ਦਿਆ। ਮੈਂ ਕਿਹਾ ਮੇਰੇ ਘਰ 'ਚ ਲੋਕ ਮੈਨੂੰ ਪੁੱਛੀ ਜਾਣ ਦੇ। ਇਹ ਤੁਹਾਡਾ ਘਰ ਹੈ ਜੀ? ਤੁਹਾਡੇ ਸਿਰ ਤੇ ਬਾਲ ਤਾਂ ਏਕ ਨਹੀਂ, ਘਰ ਕੈਸੇ ਤੁਮੇ ਮਿਲ ਗਿਆ? ਨਹੀਂ ਨਹੀਂ, ਬਾਲਾਂ ਦੇ ਸਿਰ ਤੇ ਨਹੀਂ ਹੁੰਦਾ, ਜਿਨ੍ਹਾਂ ਦੇ ਬਾਲ ਨਹੀਂ ਹੈ ਵੱਡੇ ਵੱਡੇ ਮਹੰਤ ਨੇ ਉਹਨਾਂ ਕੋਲ। ਤੂੰ ਕੀ ਸਮਝਣੀ, ਇਹ ਕਮਾਈ ਕੀਤੇ ਹੁੰਦਾ। ਮੇਰੀ ਖਾਲਾ ਰਹਿੰਦੀ ਇੱਥੇ, ਮਾਸੀ ਰਹਿੰਦੀ ਮੇਰੀ। ਅੱਛਾ ਤੁਹਾਡੀ ਮਾਸੀ ਕੇ ਘਰ ਹੈ? ਅੱਛਾ, ਮੈਂ ਵੀ ਕਹੂੰ ਤੁਹਾਡੇ ਪਾਸ ਐਸਾ ਘਰ ਕਾਹ ਸੇ? ਉਹ ਨਹੀਂ ਨਹੀਂ, ਮੇਰੇ ਕੋਲ ਤਾਂ ਨਹੀਂ ਹੈ, ਮੈਂ ਮਾਸੀ ਦੇ ਕੋਲ ਰਹਿਣਾ ਪਿਆ। ਕੀ ਤੁਸੀਂ ਕਿੱਧਰ ਆਏ ਜੀ? ਮੈਨੂੰ ਯਹਾਂ ਵੀ ਪਤਾ ਚੱਲਿਆ ਕਿ ਯਹਾਂ ਵੀ ਦੋ ਲੜਕੀਆਂ ਰਹਿਤੀ ਹੈ। ਫਿਲਮ ਸਟਾਰ ਤੁਸੀਂ? ਮੈਂ ਫਿਲਮ ਸਟਾਰ। ਹਾਂਜੀ ਹਾਂਜੀ। ਅੱਛਾ ਹਾਂ ਜੀ, ਮੈਂ ਫਿਲਮ ਸਟਾਰ। ਅੱਛਾ, ਹਾਂ ਫਿਲਮਾਂ 'ਚ ਕੰਮ ਕਰਦੇ ਹੋ ਨਾ? ਲੈ ਕੁੜੀ ਵੀ ਆ ਗਈ ਤੇ ਉਹ ਵੀ ਚਲੇ ਗਏ ਨੇ ਕੁੜੀਆਂ ਲੈਣ, ਪਤਾ ਨਹੀਂ। ਅਗਰ ਮੈਂ ਫਿਲਮਾਂ 'ਚ ਕੰਮ ਕਰੂੰ ਤਾਂ ਤੁਸੀਂ ਕੀ ਕਰੋਗੇ? ਮੈਂ ਤੁਹਾਡੇ ਨਾਲ ਸ਼ਾਦੀ ਕਰ ਲਾਂਗਾ। ਉੱਥੇ ਸ਼ਾਦੀ ਕਰੋਗੇ? ਹਾਂ ਹਾਂਜੀ। ਆਪਣੀ ਸ਼ਕਲ ਦੇਖੀਏ ਪਹਿਲਾਂ। ਨਹੀਂ ਉਹ ਨਹੀਂ ਵੇਖਿਓ, ਸ਼ਾਦੀ ਤੋਂ ਬਾਅਦ ਹੀ ਵੇਖਾਂਗਾ। ਪਤਾ ਕੀ, ਬੰਦਾ ਫਿਰ ਇੱਕ ਵਾਰੀ ਵੇਖੇ ਕਿ ਕੀ ਹੋਇਆ ਕੀ ਨਹੀਂ ਹੋਇਆ। ਉਹ ਜਾਓ ਜਾਓ ਕੰਮ ਕਰੋ, ਤੁਹਾਡੀ ਔਕਾਤ ਹੀ ਕਿਹਾ ਕਿ ਤੁਸੀਂ ਮੇਰੇ ਨਾਲ ਸ਼ਾਦੀ ਕਰੋ। ਕਿਉਂ ਜੀ? ਹਾਂਜੀ, ਤੁਹਾਡੀ ਹਸੀਅਤ ਹੀ ਨਹੀਂ ਹੈ ਮੇਰੇ ਨਾਲ ਸ਼ਾਦੀ ਕਰਨੇ ਕੀ। ਉਹ ਕਿਉਂ? ਕਿਉਂਕਿ ਨਾ ਤੁਹਾਡੇ ਪਾਸ ਗਾੜੀ, ਨਾ ਬੰਗਲਾ, ਨਾ ਕੋਈ ਚੀਜ਼। ਅੱਛਾ ਅੱਛਾ, ਤੁਸੀਂ ਵਿਆਹ ਟੈਰਾਂ ਤੇ ਫਿਰ ਚਲਾ ਕੇ ਕਰਨਾ? ਹਾਂ, ਟੈਰਾਂ ਤੇ ਫਿਰ ਸੇ ਕਰਨਾ। ਆਪ ਇਸੇ ਬਦਤਮੀਜ਼ੀ ਕਰ ਰਹੇ ਹੋ, ਆਪਕੋ ਪਤਾ ਕੀ ਕਹਦਾ? ਆਪ ਇਸੇ ਬਦਤਮੀਜ਼ੀ ਕਰ ਰਹੇ ਹੋ। ਮੈਂ ਬਦਤਮੀਜ਼ੀ ਤੁਹਾਡੇ ਨਾਲ ਨਹੀਂ ਕੀਤੀ। ਡੋਨਟ ਟੱਚ ਮੀ। ਅਗਰ ਕੋਈ ਗਲਤੀ ਹੋ ਗਈ ਹੈ ਤਾਂ ਮਾਫੀ ਚਾਹਨਾ। ਕੀ ਬਦਤਮੀਜ਼ੀ ਹੈ? ਨਹੀਂ ਨਹੀਂ, ਤੁਹਾਡੀ ਮਿਹਰਬਾਨੀ, ਮਾਫ ਕਰ ਦਿਓ। ਓਏ ਇਹ ਕੌਣ ਸੀ ਮਾਫੀ? ਪੈਰੋਂ ਨਾ ਮਾਫੀ ਮੰਗਦੇ। ਨਹੀਂ ਮਾਫੀ ਦੇ ਦਿਓ, ਤੁਹਾਡੀ ਮਿਹਰਬਾਨੀ। ਪੈਰੋਂ ਸੇ ਮੰਗਦੇ ਹੈ? ਅਸੀਂ ਤਾਂ ਵੱਡੇ ਵੱਡੇ ਚੌਧਰੀ ਵੇਖੇ ਇੱਕ ਦੂਜੇ ਦੀ ਦਾੜੀ ਪਾ। ਕੋਈ ਕੋਈ ਮਾਸੀ ਨੇ ਸਾਹ ਲਿਆ ਮੇਰਾ, ਭਾਂਡੇ ਡਿੱਗੇ ਨੇ ਮੇਰੇ। ਅੱਛਾ ਦੋ ਡੱਬ ਖੜਪੇ, ਇੱਕ ਦੇ ਵਾਲ ਹੀ ਹੈ ਨੀ। ਅੱਛਾ ਉਹ ਕੁਦਰਤ ਦੇ ਕੰਮ, ਕੋਈ ਅਸੀਂ ਇਹਨਾਂ ਦੀ ਖਿਦਮਤ ਕਰੋ। ਅੱਛਾ ਕੁੱਤੀ ਨੂੰ ਕਿਸੇ ਪਾਸੇ ਨਹੀਂ ਜਾਣ ਦੇਣਾ, ਇਹ ਕੁੱਤੀ ਦੇ ਬੱਚੇ ਨਹੀਂ ਗੇ। ਹਾਂ ਮੈਂ ਸੁਣਦਾ, ਓਏ ਤਨਖਾਹ ਮੈਂ ਤੈਨੂੰ ਆ ਕੇ ਗਾਲ ਨਾ ਕੱਢੀ, ਮੈਂ ਦੇ ਦਿਆਂਗਾ ਪੈਸੇ। ਮੁਬਾਰਕ ਹੋਵੇ। ਕੀ ਹੋਇਆ ਜੀ? ਕੁੱਤੀ ਨੇ ਬੱਚੇ ਦੇਤੇ ਆ। ਤੁਹਾਨੂੰ ਵੀ ਮੁਬਾਰਕ ਹੋਏ, ਤੁਸੀਂ ਵੀ ਨਾਨਾ ਬਣ ਗਏ। ਹੋਰ ਫਿੜਾ ਨੂੰ ਤੇਰਾ ਨਹੀਂ, ਵੈਸੇ ਪੁੱਛੇ ਚੋਈ ਸਾਹਿਬ ਤੇ ਕੁੱਤੀ ਨੇ ਬੱਚੇ ਦਿੱਤੇ, ਤੁਸੀਂ ਖੁਸ਼ ਕਿਉਂ? ਉਹ ਬਸ Who is this? ਹੈਂ ਤੁਮ ਕੌਣ ਹੋ? ਮੈਂ ਹਾਂ ਦੱਸਿਆ ਨਹੀਂ, ਚੌਧਰੀ ਨਹੀਂ ਕਦੀ ਵੇਖਿਆ। ਚੌਧਰੀ? ਮੇਰਾ ਖਿਆਲ ਤੂੰ ਚੌਧਰੀ ਦੂਰੋਂ ਵੇਖਿਆ, ਲਾਗੋਂ ਨਹੀਂ ਵੇਖਿਆ ਤੈਨੂੰ। ਆਪਣੀ ਸ਼ਕਲ ਦੇਖੋ, ਐਸੇ ਲੱਗਦਾ ਜਿਵੇਂ ਚੂਸਨੀ ਦੀ ਸ਼ਕਲ ਹੁੰਦੀ ਹੈ। ਉਹ ਚੌੜੀ ਦੀ ਸ਼ਕਲ ਕੌਣ ਵੇਖਦਾ? ਚੌੜੀ ਦੀਆਂ ਜ਼ਮੀਨਾਂ ਵੇਖੋ, ਚੌੜੀ ਦੀਆਂ ਹਰਕਤਾਂ ਵੇਖੋ, ਚੌੜੀ ਦੇ ਮਾਲ ਡੰਗਰ ਦੇਖੋ, ਚੌੜੀ ਦਾ ਸੰਡਾ ਵੇਖੋ। ਇਹ ਚੌਧਰੀ ਹੈ? ਕਿਸ ਚੀਜ਼ ਦਾ? ਹੈ ਕਿਸ ਚੀਜ਼ ਕੇ ਚੌਧਰੀ ਹੋ? ਉਹ ਮਹੱਲੇ 'ਚ ਮੈਨੂੰ ਛੇੜਨਾ, ਕਹਿੰਦੇ ਚੌੜੀ ਕੀ ਹਾਲ ਆ। ਸਹੀ ਚੌਧਰੀ ਹੈ, ਅਸਲ ਚੌਧਰੀ ਹੈ। ਅੱਛਾ ਤੁਮੇ ਕੈਸੇ ਪਤਾ? ਇਹ ਕੁੜੀ ਫਿਲਮਾਂ ਵਾਲੀ ਤਾਂ ਨਹੀਂ ਜਿਹੜੀ ਬੁਲਾਈ ਹੂੰ? ਮੈਂ ਮੇਰਾ ਖਿਆਲ ਹੈ ਫਿਲਮਾਂ ਵਾਲੀ ਹੈ। ਮੈਂ ਕਿਹਾ ਜੀ ਫਿਲਮ 'ਚ ਤੁਸੀਂ ਬਹੁਤ ਵਧੀਆ ਰਹੋਗੇ, ਕਿਉਂਕਿ ਤੁਹਾਡੇ ਕੋਲ ਸਾਰਾ ਸਮਾਨ ਸਹਿਮਾਲ ਆ ਔਰ ਟੈਲੈਂਟ ਵੀ ਹੋਏਗਾ ਮੈਨੂੰ ਪਤਾ। ਤੁਸੀਂ ਸਹਿਮਾਂ ਦੀ ਗੱਡੀ ਤੇ ਆਏ ਹੋ? ਸਹਿਮਾਂ ਦਾ ਬਰਸ ਤੁਹਾਡੇ ਕੋਲ, ਉਹਨਾਂ ਕੋਲ ਸਮਾਨ ਕਿਹੜਾ ਉਹਦਾ? ਉਹ ਯਾਰ ਸਮਝਦਾ ਨਹੀਂ ਤੂੰ, ਟੈਲੈਂਟ ਦਾ ਵੇਖ ਭਰਿਆ ਪਿਆ ਟੈਲੈਂਟ ਦਾ। ਮੈਂ ਚੌਧਰੀ, ਜਿਵੇਂ ਜਿਵੇਂ ਤੂੰ ਮੌਤ ਦੇ ਨੇੜੇ ਜਾਣ ਡਿਆ ਤੈਨੂੰ ਟੈਲੈਂਟ ਨਜ਼ਰ ਆਉਣ ਡਿਆ। ਓਏ ਕੁਦਰਤ ਨੇ ਐਡਾ ਵਧੀਆ ਉਹਨੂੰ ਫਿਗਰ ਦਿੱਤਾ, ਸ਼ਕਲ ਵੀ ਖੂਬਸੂਰਤ। ਤੂੰ ਨਹੀਂ ਚਾਹੁੰਦੀ ਵੀ ਤੂੰ ਵੀ ਉੱਤੇ ਜਾਵੇਂ? ਹਾਂ ਆਫ ਕੋਰਸ ਮੈਂ ਚਾਹੁੰਦੀ ਹਾਂ। ਉੱਤੇ ਜਾਣਾ, ਉੱਤੇ ਜਾਣਾ ਚਾਹੁੰਦੀ ਹੈ? ਹਾਂਜੀ। ਅਕਲ ਮੈਨੂੰ ਲੈ ਕੇ ਚੱਲ, ਮੈਂ ਇਧਰੋਂ ਦੀ ਉੱਤੇ ਆਉਣਾ। ਨਹੀਂ ਪਰ ਮੈਂ ਫਿਲਮਾਂ ਵਿੱਚ ਕੰਮ ਨਹੀਂ ਕਰ ਸਕਦੀ। ਕਿਉਂ ਨਹੀਂ ਕਰ ਸਕਦੀ? ਮੇਰਾ ਭਾਈ ਡੌਨ ਹੈ।
ਫਰਦੌਸ ਆਸ਼ਕ ਇਹ ਫਰਦੌਸ
ਬਹੁਤ ਸਾਸ਼ਾ ਗਵਾਨ ਕੈਸੀਆਂ ਕੁੜੀਆਂ ਬਣਿਆ ਪਤਾ ਲੱਗੇ ਹੁਣ ਯਾਰ ਤੁਸੀਂ ਤਾਂ ਬਹੁਤ ਅੱਛਾ ਲੱਗ ਰਿਹਾ ਓਕੇ ਚੌਧਰੀ ਬਦਮਾਸ਼ ਸਾਰੇ ਭੁੱਲ ਜਾਣਗੇ ਬਾ ਠੀਕ ਓਕੇ ਉਹਨਾਂ ਨੂੰ ਬੁਲਾ ਜਿਨ੍ਹਾਂ ਨੂੰ ਤੂੰ ਸਾਨੂੰ ਮਨਾਉਣਾ ਹੈ ਨਾ ਤੇ ਉਹਨਾਂ ਨੂੰ ਕਹਿਣਾ ਸਿਰਫ ਫਿਲਮ ਦੀ ਆਦਤ ਕਰੀ ਰੱਖਣ ਸਾਨੂੰ ਆਓ ਤੁਸੀਂ ਆਓ ਤੁਸੀਂ ਫਰੈਸ਼ ਹੋ ਆਜੋ ਆਜੋ ਤੁਹਾਨੂੰ ਕਹਾਂ ਹਾਂ ਚਲੋ ਸੁਭ ਸਾਹਿਬ ਜਾਣਾ ਨਹੀਂ ਮੈਂ ਆਉਣੀ ਹੈ ਕੀ ਹੋਇਆ ਅਰੇ ਮੁੰਨੀ ਕੀ ਹੋ ਗਿਆ ਇਹ ਹਮੇ ਲੜਕੇ ਠੀਕ ਹੀ ਨਹੀਂ ਲਗਾ ਕੀ ਹੋਇਆ ਇਹ ਲੜਕਾ ਅਰੇ ਦੇਖਣਾ ਇਹ ਗੰਜਾ ਹੈ ਕਾਲਾ ਹੈ ਹਮੇ ਤੋ ਇਸ ਤਰ੍ਹਾਂ ਲੱਗਦਾ ਹੈ ਜਬ ਇਸਕੀ ਮਾਂ ਨੇ ਇਸਕੋ ਪੈਦਾ ਕੀਆ ਵੋ ਵੀ ਸ਼ਾਪ ਪਰ ਚੜਾ ਕੇ ਚੁੰਮੀ ਲੈ ਰਿਹਾ ਇਹ ਕਾਲਾ ਇੱਕ ਟਕਲਾ ਸਾਰਾ ਇਹ ਮੇਰੇ ਖਿਆਲ ਹੈ ਕਿ ਕਰਾਚੀ ਵਾਲੀਆਂ ਆ ਗਈਆਂ ਨੇ ਸਹੀ ਜਿਹੜੀਆਂ ਆ ਸੱਚੀ ਮੁੱਚੀ ਵਾਲੀਆਂ ਆ ਗਈਆਂ ਕਰਾਚੀਓ ਤੇ ਉਹ ਜਿਹੜੀਆਂ ਹੁਣ ਦੂਜੀਆਂ ਨੇ ਉਹਨਾਂ ਦਾ ਕੀ ਕਰੀਏ ਅਸਲਾਮ ਅਲੈਕਮ ਕਰਾਚੀ ਸੇ ਆਏ ਹੋ ਤੂੰ ਕੌਣ ਐ ਮੈਂ ਇੱਧਰ ਹੀ ਰਹਿਤਾ ਹੂੰ ਜੀ ਅਸਲਾਮ ਅਲੈਕਮ ਵਾਲੇਕਮ ਅਰੇ ਹਮ ਕਰਾਚੀ ਸੇ ਆਏ ਹੋ ਤੂੰ ਕੌਣ ਹੋ ਮੈਂ ਮੇਰਾ ਨਾਮ ਅਕਰੀ ਜੀ ਅਕਰੀ ਹਾਂਜੀ ਅਕਰੀ ਅਸਲਾਮ ਅਲੈਕਮ ਤੂੰ ਕੌਣ ਮੈਂ ਜੀ ਫਰੂਕ ਸਤਾਰਾ ਪਾਗਲ ਹੋ ਗਏ ਕਰਾਚੀ ਨਹੀਂ ਆ ਜੀ ਅਸਲਾਮ ਅਲੈਕਮ ਆ ਕੌਣ ਹੈ ਇੱਕੋ ਗੱਲ ਦੋਵੇਂ ਕਰਨ ਨਹੀਂ ਆ ਓਏ ਇਹਨਾਂ ਨੂੰ ਪਤਾ ਨਹੀਂ ਕੀ ਹੈ ਕਿ ਖੈਰ ਨਾ ਹੋ ਜੇ ਨਹੀਂ ਲੱਗਾ ਓਏ ਤੁਹਾਨੂੰ ਪਤਾ ਨਹੀਂ ਚੱਲ ਰਿਹਾ ਹਮ ਕਰਾਚੀ ਸੇ ਆਏ ਕੁਝ ਖਾਣੇ ਪੀਣੇ ਕੇ ਲਈ ਪਹੁੰਚ ਅਰੇ ਹਮ ਕਰਾਚੀ ਸੇ ਆਏ ਕੁਝ ਖਾਣੇ ਪੀਣੇ ਕੇ ਪਹੁੰਚ ਅਰੇ ਪੁੱਛਦਾ ਕਿਉਂ ਨਹੀਂ ਅਰੇ ਪਹੁੰਚ ਮੈਂ ਟਕਲੇ ਪਹੁੰਚ ਮੈਂ ਉਹ ਹੀ ਪੁੱਛ ਅਰੇ ਪਹੁੰਚ ਅਰੇ ਪੁੱਛਦਾ ਮੈਂ ਪੁੱਛਣੇ ਲੱਗਾ ਹੂੰ ਅਰੇ ਕਰਾਚੀ ਸੇ ਆਏ ਕੋਈ ਆਮ ਲੜਕੀਆਂ ਨਹੀਂ ਅਰੇ ਕਰਾਚੀ ਸੇ ਆਏ ਕੋਈ ਆਮ ਲੜਕੀਆਂ ਨਹੀਂ ਆ ਬੂਤਨੀ ਕੇ ਬੋਲ ਬੋਲਦਾ ਕਿਉਂ ਨਹੀਂ ਅਰੇ ਬੋਲ ਬੂਤਨੀ ਕੇ ਬੋਲ ਮੇਰਾ ਖਿਆਲ ਹੈ ਕੁੜੀ ਇੱਕ ਹੀ ਸਿੰਮਾ ਦੋ ਨੇ ਹਨਾ ਔਰ ਨਹੀਂ ਨਹੀਂ ਖਾਣਾ ਪੀਣਾ ਕੀ ਹੈ ਤੁਸੀਂ ਦੱਸੋ ਹਮ ਕਰਾਚੀ ਸੇ ਆਏ ਕਰਾਚੀ ਕੀ ਬਰੀਆਨੀ ਖਿਲਾ ਦੇ ਹਮ ਕਰਾਚੀ ਸੇ ਆਏ ਕਰਾਚੀ ਕੀ ਬਰੀਆਨੀ ਖਿਲਾ ਦੋ ਦੇਖੋ ਨਾ ਮੇਰਾ ਖਿਆਲ ਇੱਕ ਬੰਦਾ ਹੀ ਇਹਨਾਂ ਦੋਵਾਂ ਲਈ ਕਾਫੀ ਹੈ ਨਾ ਆਹ ਅਰੇ ਪਾਗਲ ਹੋ ਗਏ ਮੁੰਨੀ ਅੱਬਾ ਕੋ ਫੋਨ ਮਿਲਾ ਇੱਕ ਮਿੰਟ ਰੁਕੋ ਇਤਨੇ ਇਸ ਕਿਸ ਤਰ੍ਹਾਂ ਕੇ ਲੋਕ ਹਮ ਮੇਰੇ ਹੈਲੋ ਉਨਕਾ ਸਲਾਮ ਅਲੈਕੁਮ ਅੱਬਾ ਕਹਾਂ ਭੇਜ ਦਿਆ ਕਮਬਖਤਵਾਰੋਂ ਕੇ ਘਰ ਇਹ ਦੇਖੋ ਤੋ ਇੱਕ ਚੂੜਾ ਹੀ ਲੱਗੀ ਰਹਾ ਮੁਝੇ ਕਿਸਕੇ ਸਾਥ ਸ਼ਾਦੀ ਕਰਨੀ ਹੈ ਇਨਕੇ ਸਾਥ ਯੇ ਹੋ ਹੀ ਨਹੀਂ ਸਕਦਾ ਯੇ ਨੇ ਚੁੰਨੀ ਸੇ ਬਾਤ ਕਰੀ ਅਰੇ ਅੱਪਾ ਹਮਾਰੀ ਬਾਤ ਸੁਨ ਹਮ ਇਧਰ ਸ਼ਾਦੀ ਨਹੀਂ ਕਰਾਂਗੇ ਕਿਉਂਕਿ ਇਹ ਕਾਲਾ ਹੈ ਇੱਕ ਤੋ ਵੋ ਬਲਕਿ ਵੋ ਹੀ ਉਠਾਨੇ ਵਾਲਾ ਲੱਗ ਰਿਹਾ ਹੈ ਜੋ ਕਰਾਚੀ ਮੇ ਬਹੁਤ ਉਠਾਤੇ ਹੈ ਔਰ ਇਹ ਗੰਜਾ ਹੈ ਅੱਪਾ ਹਮ ਨਹੀਂ ਸ਼ਾਦੀ ਨਹੀਂ ਕਰਨੀ ਅੱਪਾ ਮੇਰੀ ਗੱਲ ਸੁਣ ਮੇਰੀ ਬਾਤ ਅਰੇ ਅੱਪਾ ਕੁੱਤੀ ਦੇ ਬੱਚੇ ਇਹ ਕੌਣ ਸੇ ਭਾਈ ਸੀ ਮੇਰੀ ਬਾਤ ਤਾਂ ਸੁਣੇ ਮੇਰੀ ਬਾਤ ਤਾਂ ਸੁਣੇ ਭਾਈ ਭਾਈ ਮੇਰੀ ਬਾਤ ਤਾਂ ਸੁਣੇ झगड़ रही है वो कह रही मेरे से शादी कर वो कह रही मेरे से कर अरे तू हमें जानता नहीं है हां अरे मेरी बात तो सुन अरे तू भी जान तो बात सुन ले नहीं कहा हंसना अच्छा मेरी बात तो सुन ले अरे अब्बा अब्बा बात पता क्या है अब्बा से बात क्या मेरे बड़े भाई से बात करें पता क्या है ये अभी अभी पहुंची हैं हम पूछने लगे हैं खाने पीने के लिए अब्बा से बात करा अरे यार अब्बा से बात हो रही है इधर क्या हेलो अस्सलाम वालेकुम अब्बा देख ले ये लड़कियां उन लड़कों को रिजेक्ट कर रही हैं जिन्होंने यूनानी कैप्सूल खाए हुए हैं हां अब्बा मैं किससे मैं तो उससे शादी करूंगा कंट वाली से काफी रजवी औरत है तसल्ली करा देगी अब्बा बात कर ਮੈਂ ਆਜ਼ਾਦ ਉਮੀਦਵਾਰ ਹਾਂ ਦੁਬਾਰਾ ਗਿਣਤੀ ਹੋਣੀ ਮੈਂ ਕਿ ਬੱਚ ਤੁਹਾਡੀ ਗਿਣਤੀ ਹੋ ਚੁੱਕੀ ਹੈ ਮੈਨੂੰ ਅਲੀ ਵੋਟ ਕੋਈ ਨਹੀਂ ਪਿਆ ਇੱਕ ਬੰਦਾ ਆਇਆ ਸੀ ਉਹਨੇ ਪਰਚੀ ਪਾਈ ਉਹ ਵਿੱਚ ਹੀ ਫਸ ਗਈ ਅੱਗੇ ਜਾ ਹੀ ਨਹੀਂ ਰਹੀ ਇਹਨੇ ਮਹੱਲੇ 'ਚ ਬਣਾਈ ਨਹੀਂ ਨਾ ਅੱਛਾ ਮੇਰੀ ਸੰਦੂਕੜੀ ਤੇ ਇੱਕ ਬੰਦੇ ਨੇ ਫੁੱਲ ਕਰਤੀ ਸੀ ਉਹ ਕੌਣ ਹੈ ਉਹ ਆਈ ਨਹੀਂ ਹੈ ਜੀ ਆਈ ਨਹੀਂ ਆਈ ਨਹੀਂ ਦੱਸਣਾ ਹੈ ਕੌਣ ਅਰੇ ਵੈਸੇ ਕਿੰਨੀ ਖੂਬਸੂਰਤ ਅਰੇ ਮੈਨੂੰ ਇੱਕ ਬਾਤ ਮਤ ਤੋ ਆ ਮੇਕਅਪ ਕਿੱਥੇ ਸੇ ਕਰਵਾਤੀ ਹੋ ਉਹ ਜਦ ਮੇਰੇ ਇੱਕ ਬਾਲਟੀ ਮੇ ਸਾਰਾ ਰੰਗ ਪਾ ਕੇ ਨਾ ਉਹ ਕਰਤੀ ਉਹ ਹੋ ਜਾਂਦਾ ਹੈ ਮੈਨੂੰ ਇਹ ਬਤਾਓ ਜੀ ਮੇਰੀ ਜਾਨ ਹੈ ਕਿੰਨੀ ਪਿਆਰੀ ਹੋ ਆਪ ਬਾਜੀ ਨਾ ਇਹ ਡਰੈਸ ਹੀ ਕੌਣ ਬਾਜੀ ਨਾ ਛੇੜੀ ਨਾ ਇੱਥੋਂ ਨਾ ਛੇੜ ਕਿਉਂ ਮੈਂ ਬੱਚੇ ਬੰਦ ਕਰਾਇਆ ਓਏ ਇਹ ਦੇਖ ਨਾ
ਜਦੋਂ ਡਿੱਗ ਪਏ ਸਨ ਫਿਰ ਇਹਨੂੰ ਯਾਦ ਆਇਆ ਫਿਰ ਇਹਨੇ ਬੰਦ ਕਰਵਾਇਆ। ਅਰੇ ਮੰਮੀ ਇੱਥੋਂ ਕਿੱਥੋਂ ਬੱਚੇ ਬੰਦ ਹੁੰਦੇ ਨੇ? ਹੁਣ ਨਵਾਂ ਪਾਕਿਸਤਾਨ ਆ ਇੱਥੇ ਹੀ ਹੁੰਦੇ ਨੇ। ਬੱਚੇ ਕਿਹਦੇ ਸਨ ਸੇਲੀ? ਤੂੰ ਵੀ ਸਾਡਾ ਹੀ ਆ ਨਾ ਨਗਰ ਆ। ਬਸ ਕਰ ਨੀ ਬਸ ਕਰ, ਮੇਰੀ ਔਲਾਦ ਵੀ ਆਪਣੇ ਖਾਤੇ ਚ ਪਾਈ ਜਾਂਦੀ ਹੈ। ਇਧਰ ਕੀ ਵੇਰ ਤੇ ਫਲੂਦਾ ਲੱਗਾ ਇਹ ਆਪਣੀ ਆਖਰਤ ਵੇਖੋ ਤੁਸੀਂ ਇਧਰ ਵੇਖ ਰਹੇ ਨਾ ਕਰੋ ਸਾਹਮਣੇ ਫਲੂਦਾ ਨਾ ਵੇਖ ਉਹਦਾ ਚਮਚਾ ਵੇਖ ਬਾਜੀ ਨਾ ਕਰੇ ਸਾਰਾ ਹੀ ਨਾ ਅਗਲਾ ਫਲੂਦਾ ਖਾ ਅਰੇ ਮੁੰਨੀ ਇਨਕੋ ਚੈੱਕ ਕਰ ਰਹੀ ਹੈ ਹਮੇ ਠੀਕ ਨਹੀਂ ਲੱਗੇ ਮੁਝੇ ਓਏ 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 ਨਾ ਠੀਕ ਨਹੀਂ ਲੱਗ ਰਹੀ ਹੈ ਨਹੀਂ ਨਹੀਂ ਅਸੀਂ ਅਸੀਂ ਮਰਦ ਔਰਤਾਂ ਦਾ ਨਾ ਕਰੋ ਤੁਹਾਨੂੰ ਮਦਦ ਮਰਦ ਔਰਤਾਂ ਇਹਦੀਆਂ ਕਿਸੇ ਆਪਣੇ ਨੇ ਸੋਹਣੀਆਂ ਬਣੀਆਂ ਤੁਸੀਂ ਵੈਸੇ ਵੈਕਸ ਕਿੱਥੋਂ ਕਰਵਾਉਂਦੇ ਹੋ? ਵੈਕਸ ਅਸੀਂ ਕਰਵਾਈ ਦੀ ਦੱਸ ਨਹੀਂ ਕਿੱਥੋਂ ਕਰਵਾਈ ਅਸੀਂ ਵੈਕਸ ਨਹੀਂ ਕਰਾਈ ਦੀ ਕੀ ਕਰਵਾਉਂਦੇ ਹੋ? ਅਖਬਾਰ ਨੂੰ ਅਗਲੇ ਇਧਰ ਚੜ 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 ਹੋ ਗਿਆ ਸਾਡੇ ਹੋਰ ਨਿਜ਼ਾਮ ਨਾ ਬਾਜੀ ਤੁਹਾਨੂੰ ਨਹੀਂ ਪਤਾ ਕਿੰਨਾ ਹਾਂਜੀ ਉਹਦੇ ਨਾਲ ਕੰਮ ਵੀ ਹੋ ਜਾਂਦਾ ਮਜ਼ਾ ਵੀ ਆ ਜਾਂਦਾ ਕੀ ਮਤਲਬ ਹੈ? ਉਹਦੇ ਤੇ ਫੋਟੋਆਂ ਹੁੰਦੀਆਂ ਨੇ ਸਟੇਜ ਡਰਾਮੇ ਦੀਆਂ ਕੁੜੀਆਂ ਦੀਆਂ ਅੱਛਾ ਅੱਛਾ ਹਾਂ ਤੁਹਾਨੂੰ ਲਵਾਂ ਬੰਦੇ ਰਹਿਣ ਛੱਤੀ ਛੱਤੀ ਤੇਰਾ ਪਹਿਲਾ ਕਰਕੇ ਵੀ ਤੁਹਾਨੂੰ ਦੋਨਾਂ ਨੂੰ ਲੈਜਰ ਪਿਛਲੀਆਂ ਸੀਟਾਂ ਵਾਲੇ ਯਾਨੀ ਘੱਟ ਰੇਟ ਵਾਲੇ ਹਾਂ ਨਹੀਂ ਤੁਹਾਨੂੰ ਲੈਜਰ ਅਗਲੀਆਂ ਸੀਟਾਂ ਵਾਲੇ ਸਾਨੂੰ ਉਹ ਲੈਜਰ ਸਾਨੂੰ ਆ ਲੈਜਰ ਤੈਨੂੰ ਇੱਕੋ ਹੀ ਲੈ ਜਾਵੇ ਕੌਣ ਆਈ ਜੋ ਆ ਅਰੇ ਲੁਕੋ ਲੁਕੋ ਨੀਡ ਫੋਰ ਆ ਜਾ ਕੇ ਭਾਈ ਜੀ ਨਾਲਾ ਟੁੰਗੋ ਆਪਣਾ ਆ ਚੇਤਿਆ ਕਵਾੜੀਆ ਆ 150 ਬੋਤਲ ਭਾਈ ਚੱਕ ਲੈ ਆ ਲੁੱਟੋ ਦੇ ਸਾਪਾ ਓ ਵਾਹ ਭਾਈ ਵਾਹ ਸੱਚੇ ਪਾਪਾ ਆਏ ਓ ਪਾਪਾ ਨਹੀਂ ਪੈਸੇ ਲਾਉਂਦੇ ਆ ਓ ਤੁਸੀਂ ਇੱਧਰ ਤੇ ਮੈਂ ਇੱਧਰ ਓ ਦੋ ਦੋ ਅੱਲਾ ਕੀ ਹਾਲ ਹੈ ਤੁਹਾਡਾ ਤੁਸੀਂ ਠੀਕ ਹੋ ਓ ਦੇਖੋ ਇੱਧਰ ਟਰੱਕ ਤੇਰੀ ਉਲਟ ਗਿਆ ਕੋਈ ਓ ਚੌਧਰੀ ਦੋ ਦੋ ਵੀ ਚੋਪੜੀਆਂ ਲੇਕਿਨ ਮੈਂ ਤਾਂ ਮੇਰਿਆ ਆ ਜ਼ਾਲਮਾ ਵੇ ਮੈਂ ਮਰ ਗਈਆਂ ਆ ਆ ਮੈਂ ਠਰ ਗਈਆਂ ਮੇਰਿਆ ਆ ਤੂੰ ਆ ਮੇਰਾ ਹੀ ਆ ਮੇਰਾ ਹੀ ਤੇਰੇ ਤੇਨੀ ਢੋਲਾ ਤੇਰੇ ਪਿੱਛੇ ਪਿੱਛੇ ਕਰਨੀ ਉਹ ਕਿ ਮਜਬੂਰ ਤੇਰੇ ਤਰਲੇ ਮੈਂ ਪਾਨੀ ਆ ਇਸ਼ਕ ਦਾ ਰੋਗ ਬੋਲ ਓ ਮੈਂ ਮਰ ਗਿਆ ਓ ਲੋਕਾਂ ਨੇ ਪਾਣੀ ਵਾਲਾ ਦੁੱਧ ਪੀਤਾ ਮੈਂ ਟਾਕੀਆਂ ਵਾਲਾ ਪੀ ਬੈਠਾ ਇਸੇ ਲਈ ਤਾਂ ਜਵਾਨ ਨਹੀਂ ਹੋ ਰਿਹਾ ਓ ਬਸ ਫੈਸਲਾ ਹੋ ਗਿਆ ਦੱਸੋ ਹੁਣ ਪਸੰਦ ਕਰੋ ਇਹਨਾਂ ਚਾਰਾਂ ਵਿੱਚੋਂ ਕਿਹੜੀ ਲੇਡੀ ਤੁਹਾਡੇ ਨਾਲ ਜਾਏਗੀ ਓਏ ਫੈਸਲਾ ਹੋ ਗਿਆ ਕਿ ਅਸੀਂ ਬੜੀ ਬੜੀ ਔਰਤਾਂ ਵੇਖੀਆਂ ਨੇ ਅੱਛਾ ਵਰੈਟੀਆਂ ਮਜ਼ਬੂਤ ਔਰਤਾਂ ਨਹੀਂ ਵੇਖੀਆਂ ਅਸੀਂ ਪਰਾਠੇ ਨਾਲ ਇਹਨਾਂ ਨੂੰ ਮੈਂ ਆਪਣੀ ਇੱਜ਼ਤ ਬਣਾਵਾਂਗਾ ਮੇਰੇ ਨਾਲ ਸਿਰਫ ਤੁਸੀਂ ਰਹਿਣਾ ਮੈਂ ਤੇਰੇ ਚੋਂ ਆਪਣੀ ਨਿਸ਼ਾਨੀ ਲਵਾਂਗਾ ਆ ਇੱਕ ਵਾਰੀ ਨਾਲ ਤੇ ਚੱਲੋ ਪਤਾ ਨਹੀਂ ਮੇਰੇ 'ਚ ਹੋ ਜਾਣੀ ਹੈ ਤੂੰ ਉਹਨੂੰ ਆਪਣੀ ਬੀਵੀ ਬਣਾ ਇਹਦਾ ਤਾਂ ਮੈਂ ਫਰਨੀਚਰ ਬਣਵਾਵਾਂਗਾ ਆ ਤੇਰੇ 'ਚੋਂ ਆਪਣਾ ਵਾਰਸ ਲਾਂਗੇ ਤੁਹਾਨੂੰ ਮੋੜਾ ਚਾਹੀਦਾ ਤੁਹਾਨੂੰ ਮੈਂ ਵੈਸੇ ਨਾ ਦੇ ਦਿਆਂ ਓਏ ਆ ਜਾਨੇ ਮਨ ਚੱਲੋ ਓਏ ਖਾਨਾ ਖਰਾਬ ਦਿਓ ਪੁੱਤਰੋ ਓਏ ਚੇਦੇ ਕਬਾੜੀਏ ਨਾਲ ਧੋਖਾ ਓਏ ਸਾਰੀ ਦੁਨੀਆ ਨਾਲ ਧੋਖਾ ਕਰਦੇ ਫਿਰਦੇ ਹੋ ਹਾਂ ਅਸੀਂ ਧੋਖਾ ਕਰ ਰਹੇ ਹਾਂ ਅਸੀਂ ਆਪਣੇ ਮਾਂ ਪਿਓ ਦੀ ਸਾਰੀ ਦੌਲਤ ਆਪਣੀ ਤਲੀਮ ਤੇ ਲਾ ਦਿੱਤੀ ਇੰਨਾ ਕੁਛ ਪੜ੍ਹ ਕੇ ਤੇ ਡਿਗਰੀਆਂ ਹੱਥ 'ਚ ਪੜ੍ਹ ਕੇ ਅੱਜ ਵੀ ਨੌਕਰੀ ਲੱਭ ਰਿਹਾ ਸਾਨੂੰ ਕੋਈ ਨੌਕਰੀ ਨਹੀਂ ਦੇ ਰਿਹਾ ਅਸੀਂ ਧੋਖਾ ਨਾ ਕਰੀਏ ਤੇ ਹੋਰ ਕੀ ਕਰੀਏ
ਦੁਨੀਆ ਵੱਲ ਵੇਖੀਏ ਤੇ ਕਿਸੇ ਨੂੰ ਦੌਲਤ ਦੀ ਫਿਕਰ ਹੈ, ਕਿਸੇ ਨੂੰ ਅਰੂਜ ਦੀ ਫਿਕਰ ਹੈ, ਕਿਸੇ ਨੂੰ ਜਾਇਦਾਦ ਕੋਠੀ ਬੰਗਲਿਆਂ ਦੀ ਫਿਕਰ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿ ਆਉਣ ਵਾਲੀ ਨਸਲ ਦੀ ਕੌਣ ਫਿਕਰ ਕਰੇਗਾ, ਕੌਣ ਕਰੇਗਾ, ਕੌਣ ਕਰੇਗਾ। ਭਾਈ ਜਾਨ ਤੁਸੀਂ ਮੁੱਛਾਂ ਰੱਖਣੀਆਂ ਨੇ? ਆਹੋ, ਹੋਰ ਵੱਡੀਆਂ। ਐਲੋ ਰੱਖ ਲਓ। ਪੜ੍ਹਿਆ ਲਿਖਿਆ ਹੋ ਕੇ ਤੇ ਤੈਨੂੰ ਨੌਕਰੀ ਨੀ ਲੱਭ ਰਹੀ। ਤੇਰੀ ਮਾਂ ਦੀ ਖੁਆਇਸ਼ ਸੀ ਕਿ ਤੂੰ ਡਾਕਟਰ ਬਣੇ। ਆਹ ਫਿਰ ਇੱਕ ਦੂਜੇ ਨੂੰ ਟੀਕੇ ਲਾਉਂਦੇ ਆ। ਸੋਚ ਲੈ, ਤੇਰੇ ਕੋਲ ਇੱਕ ਸੀਸੀ ਦਾ ਟੀਕਾ ਹੈ ਤੇ ਮੇਰੇ ਕੋਲ ਖੋਤੇ ਨੂੰ ਲਾਉਣਾ।